ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਮੇਰੇ ਵੱਲੋਂ ਪਹਿਲੀ ਗੱਲ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਇਸ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਤੇ ਜਿਹੜੇ ਸੁਪਨੇ ਤੁਸੀਂ ਸੋਚ ਲੈ ਇੱਕ ਰੈਜ਼ੋਲੂਸ਼ਨ ਲੈ ਲਿਆ ਕਿ ਸਾਰੇ ਇਸ ਸਾਲ ਕੁਝ ਨਾ ਕੁਝ ਖਾਸ ਕਰਨਾ ਆ ਸੋ ਉਹ ਤੁਹਾਡੇ ਰੈਜ਼ੋਲੂਸ਼ਨ ਪੂਰੇ ਜ਼ਰੂਰ ਹੋਣੇ ਚਾਹੀਦੇ ਸੋ ਕੁਝ ਚਰਚਾ ਕਰਾਂਗੇ ਜੋ ਤੁਸੀਂ ਸੋਚਦੇ ਹੋ ਉਹ ਪੂਰਾ ਕਿਵੇਂ ਹੋ ਸਕਦਾ ਆ ਜਾਂ ਕਿਹੜੀਆਂ ਗੱਲਾਂ ਕਰਕੇ ਪੂਰਾ ਨਹੀਂ ਹੁੰਦਾ ਉਹ ਅੱਜ ਚੱਲਦੀ ਕਲਾਸ ਵਿੱਚ ਚਰਚਾ ਜ਼ਰੂਰ ਕੀਤੀ ਜਾਊਗੀ ਸੋ ਲੋ ਜੀ ਕਰਦੇ ਆ ਫਿਰ ਕਲਾਸ ਦੀ ਸ਼ੁਰੂਆਤ ਤੇ ਜੇ ਤੁਸੀਂ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਣਾ ਹੈ ਚਾਹੇ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦੇਣਾ ਤੇ ਚਾਹੇ ਤੁਸੀਂ ਪੀ ਟ੍ਰਿਪਲ ਐਸ ਵੀ ਕਲਰਕ ਦਾ ਪੇਪਰ ਦੇਣਾ ਜਾਂ ਵੀਡੀਓ ਪਟਵਾਰੀ ਜਿਸ ਦਾ ਪੇਪਰ ਦੇਣਾ ਹੈ ਇਹ ਸਾਰਿਆਂ ਦੇ ਲਈ ਇਹ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਪੰਜਾਬ ਜੀ ਕੇ ਤੁਹਾਨੂੰ ਪਤਾ ਹੀ ਆ ਜੇ ਕੋਈ ਸ਼ੱਕ ਹੋਵੇ ਕਿ ਕਿੰਨੀ ਇੰਪੋਰਟੈਂਟ ਆ ਇੱਕ ਵਾਰ ਸਿਲੇਬਸ ਚੱਕ ਕੇ ਦੇਖ ਲਓ ਆਪਣੇ ਆਪ ਪਤਾ ਲੱਗ ਜਾਊਗਾ ਪੰਜਾਬ ਜੀ ਕੇ ਕੀ ਚੀਜ਼ ਹੈ ਜਿੱਤੇ ਜਿਹੜੇ ਬੱਚੇ ਸਿਲੈਕਟ ਹੋਣ ਉਹਨਾਂ ਨੂੰ ਪੁੱਛਦੇ ਉਹ ਪੰਜਾਬ ਜੀ ਕੇ ਕਿੰਨੀ ਇੰਪੋਰਟੈਂਟ ਆ ਸੋ ਲੋਜੀ ਕਰਦੇ ਆ ਸ਼ੁਰੂਆਤ ਤੇ ਆਪਾਂ ਸਟਾਰਟ ਕੀਤੀ ਹੋਈ ਹੈ ਸਿਲੈਕਸ਼ਨ ਵਾਲੀ ਕਲਾਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਵੀ ਠੀਕ ਠਾਕ ਹੋ ਸਾਰੇ ਓਕੇ ਜੀ ਸਾਰੇ ਓਕੇ ਚੜ੍ਹਦੀ ਕਲਾ ਚ ਆਡੀਓ ਵੀਡੀਓ ਓਕੇ ਇੱਕ ਵਾਰ ਦੱਸ ਦੋ ਤੇ ਸਿਲੈਕਸ਼ਨ ਵਾਲੀ ਕਲਾਸ ਆਪਾਂ ਚਲਾਈ ਹੋਈ ਆ ਕਲਾਸ ਨੰਬਰ 24 ਆ ਇਦੋਂ ਪਹਿਲਾਂ ਆਪਣੇ ਕੋਲੇ ਆਲਰੇਡੀ ਜਿਹੜੀਆਂ ਹੈਗੀਆਂ ਨੇ ਉਹ ਆ ਤੇਈ ਕਲਾਸਾਂ ਹੋ ਚੁੱਕੀਆਂ ਨੇ ਸੋ ਮੈਨੂੰ ਉਮੀਦ ਆ ਕਿ ਤੁਸੀਂ ਸਾਰਿਆਂ ਨੇ ਪਹਿਲੀਆਂ ਕਲਾਸਾਂ ਜ਼ਰੂਰ ਦੇਖੀਆਂ ਹੋਣਗੀਆਂ ਜੇ ਪਹਿਲੀਆਂ ਕਲਾਸੇਜ਼ ਨਹੀਂ ਦੇਖੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਪੁਰਾਣੀਆਂ ਕਲਾਸਾਂ ਵੀ ਜ਼ਰੂਰ ਦੇਖ ਲਿਓ ਲੋ ਜੀ ਫਿਰ ਕਰਦੇ ਆਂ ਜੀ ਸ਼ੁਰੂਆਤ ਲੋ ਜੀ ਪਹਿਲਾ ਕੁਸ਼ਨ ਆ ਗਿਆ ਸੋ ਕਹਿੰਦੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਡੇ ਕੋਲੇ ਕਿੰਨੇ ਕਨਜ਼ਰਵੇਸ਼ਨ ਰਿਜ਼ਰਵ ਨੇ ਤੇ ਕਿੰਨੇ ਕਮਿਊਨਿਟੀ ਰਿਜ਼ਰਵ ਨੇ ਇਹਨਾਂ ਨੂੰ ਤੁਸੀਂ ਰਿਸਪੈਕਟਿਵਲੀ ਦੱਸਣਾ ਹੈ 4 5 5 4 1 4 1 3 ਸੋ ਇਹ ਲਾਸਟ ਕਲਾਸ ਵਿੱਚ ਆਪਾਂ ਇਹ ਕੁਸ਼ ਪਰ ਇਹਨੂੰ ਮੈਂ ਥੋੜਾ ਜਿਹਾ ਡਿਟੇਲ ਚ ਲੈ ਕੇ ਜਾਊਗਾ ਕਿ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਵੀ ਇਹ ਕਿਹੜੇ ਕਿਹੜੇ ਨੇ ਕਿਉਂਕਿ ਹੋ ਸਕਦਾ ਅਗਲੀ ਵਾਰ ਸਾਨੂੰ ਐਗਜ਼ਾਮਿਨਰ ਇਹ ਪੁੱਛੇ ਵੀ ਇਹ ਹੈ ਕਿਹੜੇ ਕਿਹੜੇ ਰਿਜ਼ਰਵ ਉਹਨਾਂ ਦੇ ਨਾਮ ਕੀ ਆ ਸੋ ਅੱਜ ਦੀ ਕਲਾਸ ਦੇ ਵਿੱਚ ਉਹਨਾਂ ਦੇ ਨਾਮ ਵੀ ਆਪਾਂ ਜ਼ਰੂਰ ਡਿਸਕਸ ਕਰਾਂਗੇ ਲਓ ਜੀ ਆਨਸਰ ਤਾਂ ਕਹਿੰਦੇ ਸਰ ਸਾਨੂੰ ਪਤਾ ਜੀ ਆਪਸ਼ਨ ਨੰਬਰ A 5 ਤੇ 4 5 ਕਨਜ਼ਰਵੇਸ਼ਨ ਰਿਜ਼ਰਵ ਨੇ ਤੇ 4 ਕਮਿਊਨਿਟੀ ਰਿਜ਼ਰਵ ਨੇ ਗੱਲ ਯਾਦ ਰੱਖਣੀ ਆ ਕਨਜ਼ਰਵੇਸ਼ਨ ਤੇ ਕਮਿਊਨਿਟੀ ਰਿਜ਼ਰਵ ਵਿੱਚ ਕਨਫਿਊਜ਼ ਨਹੀਂ ਹੋਣਾ ਹੁਣ ਕਿਹੜੇ ਕਿਹੜੇ ਆ ਉਹ ਜ਼ਰੂਰ ਪੜ੍ਹ ਲੈ ਕਹਿੰਦੇ ਕੁਐਸਚਨ ਬਣਨ ਦਾ ਸਭ ਤੋਂ ਵੱਡਾ ਚਾਂਸ ਕੀ ਆ ਪਹਿਲੀ ਗੱਲ ਦਾ ਤੁਹਾਨੂੰ ਨੰਬਰ ਪਤਾ ਹੋਣਾ ਉਹ ਅਸੀਂ ਦੇਖ ਲਏ ਆ ਦੂਜੇ ਨੰਬਰ ਤੇ ਜਿਹੜਾ ਵੀ ਇਹ ਹੈ ਇਹ ਸਥਿਤ ਕਿੱਥੇ ਆ ਕਿਉਂਕਿ ਪਹਿਲੀ ਗੱਲ ਮੈਨੂੰ ਪਤਾ ਹੋਵੇ ਕਿ ਜਿਹੜੇ ਮੈਂ ਚ ਪੰਜ ਨਾ ਪੜੂੰਗਾ ਇਹ ਕਨਜ਼ਰਵੇਸ਼ਨ ਰਿਜ਼ਰਵ ਆ ਮੈਨੂੰ ਜੇ ਇਹ ਨਹੀਂ ਪਤਾ ਉਨੇ অপশন ਹੀ ਕੋਈ ਗਲਤ ਦਿੱਤਾ ਫਿਰ ਮੈਂ ਉੱਥੇ ਕੀ ਕਰੂੰਗਾ ਹਨਾ ਸੋ ਮੈਨੂੰ ਘਟੂ ਘਟ ਪਹਿਲਾਂ ਤਾਂ ਇਹ ਪਤਾ ਹੋਵੇ ਕਿ ਇਹ ਕਨਜ਼ਰਵੇਸ਼ਨ ਰਿਜ਼ਰਵ ਇਹਨਾਂ ਚੋ ਹੈ ਕਿਹੜੇ ਕਿਹੜੇ ਆ ਤੇ ਦੂਜੇ ਨੰਬਰ ਤੇ ਸਵਿਧਾਨ ਆਰਟੀਕਲ ਬਾਰੇ ਡਿਟੇਲ ਹਾਂ ਜ਼ਰੂਰ ਜੀ ਜ਼ਰੂਰ ਗੁਰਮੁਖ ਸਿੰਘ ਜਰੂਰ ਬਣਾਵਾਂਗੇ ਸੋ ਇੱਕ ਤਾਂ ਮੈਨੂੰ ਇਹ ਹੋ ਗਿਆ ਕਿ ਪੰਜ ਕਿਹੜੇ ਕਿਹੜੇ ਨੇ ਪਹਿਲਾਂ ਆਪਾਂ ਦੇਖਦੇ ਹਾਂ ਰਣਜੀਤ ਸਾਗਰ ਡੈਮ ਕਨਜ਼ਰਵੇਸ਼ਨ ਰਿਜ਼ਰਵ ਦੂਜਾ ਹੈਗਾ ਰਖਸਰਾਏ ਅਮਾਨਤ ਖਾਨ ਕਨਜ਼ਰਵੇਸ਼ਨ ਰਿਜ਼ਰਵ ਤੀਜਾ ਹੈਗਾ ਰੋਪੜ ਵੈਟਲੈਂਡ ਕਨਜ਼ਰਵੇਸ਼ਨ ਰਿਜ਼ਰਵ ਚੌਥਾ ਹੈਗਾ ਕਾਈ ਕਾਲੀ ਬਈ ਕਨਜ਼ਰਵੇਸ਼ਨ ਉਹਨੇ ਕਿੱਥੇ ਕਿੱਥੇ ਸਥਿਤ ਨੇ ਉਹ ਵੀ ਦੇਖ ਲੈਣੇ ਕਹਿੰਦੇ ਜੇ ਰੰਜੀਤ ਸਾਗਰ ਦੀ ਗੱਲ ਕਰੀਏ ਸਰ ਪਠਾਨਕੋਟ ਵਿੱਚ ਸਥਿਤ ਹੈ ਸਾਨੂੰ ਪਤਾ ਜੀ ਰਖਸਰਾਏ ਦੀ ਗੱਲ ਕਰੀਏ ਤਾਂ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਜੇ ਆਪਾਂ ਗੱਲ ਕਰੀਏ ਰੋਪੜ ਵਾਲੇ ਦੀ ਤਾਂ ਸਰੋਬੇਸਾਏ ਰੋਪੜ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ ਤੇ ਜੇ ਕਾਲੀ ਬਈਂ ਦੀ ਗੱਲ ਕਰੀਏ ਤਾਂ ਕਪੂਰਥਲੇ ਜ਼ਿਲ੍ਹੇ ਵਿੱਚ ਸਥਿਤ ਹੈ ਤੁਹਾਨੂੰ ਯਾਦ ਹੋਊਗਾ ਕਾਲੀ ਬਈ ਉਹ ਹੀ ਬਈਆਂ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਸੱਚ ਦੇ ਰਾਹ ਤੇ ਲੋਕਾਂ ਨੂੰ ਪਾਉਣ ਦੇ ਲਈ ਉਦਾਸੀਆਂ ਵੀ ਕੀਤੀਆਂ ਸੀਗੀਆਂ ਤੇ ਬਿਆਸ ਵਾਲਾ ਇਹ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਫੈਲਿਆ ਹੋਇਆ ਹੈ ਕਿਹੜੇ ਕਿਹੜੇ ਆ ਪਹਿਲੀ ਗੱਲ ਤਾਂ ਨਾਮ ਕੇਸ਼ੋਪੁਰ ਹੋ ਗਿਆ ਦੂਜਾ ਲਲਵਾਨ ਹੋ ਗਿਆ ਤੀਜਾ ਸਿਸਵਾਨ ਹੋ ਗਿਆ ਤੇ ਚੌਥਾ ਪੰਨੀਵਾਲ ਹੋ ਗਿਆ ਕਿੱਥੇ ਕਿੱਥੇ ਆ ਸਰ ਕੇਸ਼ੋਪੁਰ ਗੁਰਦਾਸਪੁਰ ਦੇ ਵਿੱਚ ਆ ਜੀ ਲਲਵਾਨ ਦੀ ਗੱਲ ਕਰੀਏ ਤਾਂ ਲਲਵਾਨ ਸਾਡੇ ਕੋਲ ਹੁਸ਼ਿਆਰਪੁਰ ਜ਼ਿਲ੍ਹੇ ਚ ਆ ਐ ਸਿਸਵਾਨ ਦੀ ਗੱਲ ਕਰੀਏ ਐਸ ਐਸ ਨਗਰ ਮੁਹਾਲੀ ਜਿਹਨੂੰ ਅਸੀਂ ਕਹਿੰਦੇ ਨੇ ਉੱਥੇ ਸਿੱਧਾ ਤੇ ਪੰਨੀਵਾਲ ਦੀ ਗੱਲ ਕਰੀਏ ਤਾਂ ਇਹ ਸਾਡੇ ਕੋਲੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਟਾਰ ਮਾਰਕ ਕਰ ਲਓ ਲਓ ਜੀ ਜਿੰਨੇ ਜਿੰਨੇ ਕਲੀਅਰ ਕਰਤਾ ਇੱਕ ਵਾਰ ਯਸਰ ਲਿਖ ਦਿਓ ਕਲੀਅਰ ਆ ਜੀ ਜਿਨ੍ਹਾਂ ਨੇ ਨੋਟ ਕਰ ਲਿਆ ਇੱਕ ਵਾਰ ਯੈਸ ਸਰ ਲਿਖ ਦਿਓ ਕਿ ਸਰ ਓਕੇ ਆ ਜੀ ਕਲੀਅਰ ਆ ਹੁਣ ਆਪਾਂ ਚੱਲਦੇ ਆ ਜੀ ਅਗਲੇ ਕੁਐਸਚਨ ਦੇ ਉੱਤੇ ਲੌਜੀਕ ਕੁਐਸਚਨ ਪੜੋ ਆਨਸਰ ਕਰੋ ਜਲਦੀ ਜਲਦੀ ਥੋੜੇ ਫਾਸਟ ਕਰਨੇ ਆਪਾਂ ਯੈਸ ਸਰ ਲਿਖ ਦਿਓ ਇੱਕ ਵਾਰ ਚਲੋ ਨੈਕਸਟ ਕੁਐਸਚਨ Who is considered to be the pioneer of the Punjabi literature uh, tradition ਕਹਿੰਦੇ ਜੇ ਪੰਜਾਬੀ ਸਾਹਿਤ ਪਰੰਪਰਾ ਦੀ ਗੱਲ ਕਰੀਏ ਤਾਂ ਇਸ ਦੇ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਬੁੱਲੇ ਸ਼ਾਹ ਨੂੰ ਜਾਂ ਫਿਰ ਗੁਰੂ ਅੰਗਦ ਦੇਵ ਜੀ ਜਾਂ ਫਿਰ ਸ਼ੇਖ ਫਰੀਦ ਜਾਂ ਫਿਰ ਗੁਰੂ ਨਾਨਕ ਦੇਵ ਜੀ ਕਿਹਨਾਂ ਨੂੰ ਮੰਨਦੇ ਅਸੀਂ ਗੋਟ ਇਟ ਚਲੋ ਬਹੁਤ ਵਧੀਆ ਗੱਲ ਆ ਜੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖਿੱਚ ਕੇ ਮਾਰ ਜਾ ਅਨਸਰ ਸਭ ਨੇ ਕਰਨੇ ਜਿੰਨੇ ਜਾਣੇ ਬੈਠੇ ਹੋ ਕੋਸ਼ਿਸ਼ ਕਰੋ ਕਿ ਸਾਰੇ ਦੇ ਸਾਰੇ ਸਟੂਡੈਂਟ ਅਨਸਰ ਕਰੋ ਕਿਹਨੇ-ਕਿਹਨੇ ਸੋਚਿਆ ਕਿ ਨਵਾਂ ਸਾਲ ਸਾਡੇ ਲਈ ਸਿਲੈਕਸ਼ਨ ਲੈ ਕੇ ਆਊਗਾ ਸੋਚਿਆ ਇਹ ਵੀ ਸਰ ਆਹ ਵਾਲਾ ਸਾਲ ਜਿਹੜਾ 24 ਹੈ ਸਾਡੇ ਲਈ ਸਿਲੈਕਸ਼ਨ ਲੈ ਕੇ ਆਊਗਾ ਇਸ ਤੋਂ ਪਹਿਲਾਂ ਬਹੁਤ ਸਾਰੇ ਬੱਚਾ ਨੇ ਸਿਲੈਕਸ਼ਨਾਂ ਲੈ ਲਈਆਂ ਉਹਨਾਂ ਨੇ ਆਪਦਾ ਕੰਮ ਕਰਤਾ ਹੁਣ ਵਾਰੀ ਤੁਹਾਡੀ ਆ ਦੋ ਤਿੰਨ ਗੱਲਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਇੰਪੋਰਟੈਂਟ ਲੇਕਿਨ ਉਸ ਤੋਂ ਪਹਿਲਾਂ ਆਨਸਰ ਕੀ ਸਾਡੇ ਕੋਲੇ ਕਹਿੰਦੇ ਸੀ ਕਿ ਇਹਨਾਂ ਨੂੰ ਮੰਨਦੇ ਆ ਸਰ ਆਪਸ਼ਨ ਨੰਬਰ ਸੀ ਸ਼ੇਖ ਫਰੀਦ ਜੀ ਇਸ ਦਾ ਕਰੈਕਟ ਆਨਸਰ ਬਿਲਕੁਲ ਸਹੀ ਲੋ ਜੀ ਅਗਲਾ ਕੁਐਸ਼ਚਨ ਹੂ ਵਾਜ਼ ਕਹਿੰਦੇ ਕੀ ਹੈ ਹੂ ਵਾਜ਼ ਕਰਤਾਰ ਸਿੰਘ ਸਰਾਬਾ ਕਰਤਾਰ ਸਿੰਘ ਸਰਾਬਾ ਕੌਣ ਸੀਗੇ ਕਰਤਾਰ ਸਿੰਘ ਖਰਾਬਾ ਗਦਰ ਪਾਰਟੀ ਦਾ ਸਵਧਨ ਸੀਗੇ ਜਾਂ ਫਿਰ ਕਮਿਊਨਿਸਟ ਸੀਗੇ ਜਾਂ ਫਿਰ ਕਾਂਗਰਸਮੈਨ ਸੀਗੇ ਜਾਂ ਫਿਰ ਸਿੰਘ ਸਭਾ ਨਾਲ ਰਿਲੇਟਡ ਸੀਗੇ ਕੌਣ ਸੀਗੇ ਸਾਡੇ ਕੋਲ ਭਾਈ ਕਰਤਾਰ ਸਿੰਘ ਸਰਾਬਾ ਹਾਂਜੀ ਦੱਸੋ ਜੀ ਕੌਣ ਸੀਗੇ ਸ਼ਾਬਾਸ਼ ਸੋਚਿਆ ਨਹੀਂ ਕਰਨਾ ਬਹੁਤ ਅੱਛਾ ਸ਼ਾਬਾਸ਼ ਸੋਚਿਆ ਨਹੀਂ ਕਰਨਾ ਜੀ ਬਹੁਤ ਅੱਛਾ ਕੁਝ ਗੱਲਾਂ ਦੱਸੂਗਾ ਅੱਜ ਬਹੁਤ ਇੰਪੋਰਟੈਂਟ ਨੇ ਉਹਨਾਂ ਨੂੰ ਫੋਲੋ ਕਰੋਗੇ ਪਹਿਲਾਂ ਦੱਸੋ ਜਿਹੜੀਆਂ ਜਿਹੜੀਆਂ ਮੈਂ ਅੱਜ ਗੱਲਾਂ ਕਰੂੰਗਾ ਤੁਹਾਨੂੰ ਉਹਦੇ ਬਾਰੇ ਦੱਸੂਗਾ ਵੀ ਇਦਾਂ ਇਦਾਂ ਕਰਨਾ ਸਿਲੇਕਸ਼ਨ ਦੇ ਲਈ ਕੌਣ-ਕੌਣ ਨੂੰ ਫੋਲੋ ਕਰੂਗਾ ਕਲਾਸ ਚ ਦੱਸੂਗਾ ਮੈਂ ਕਲਾਸ ਚ ਕਿਹੜਾ-ਕਿਹੜਾ ਨੂੰ ਫੋਲੋ ਕਰੂਗਾ ਜਿਹੜਾ ਫੋਲੋ ਕਰੂਗਾ ਲਿਖੋ ਯਸਰ ਅਸੀਂ ਫੋਲੋ ਕਰਾਂਗੇ ਤੁਹਾਡੀ ਇੱਕ ਹੀ ਕਹੀ ਇੱਕ ਇੱਕ ਗੱਲ ਨੂੰ ਠੀਕ ਹੈ ਚਲੋ ਸੋ ਕੀ ਹੈ ਸਾਡੇ ਕੋਲੇ ਕਹਿੰਦੇ ਉਹ ਕੌਣ ਸੀਗੇ ਸਰ ਸਾਨੂੰ ਪਤਾ ਜੀ ਗਦਰ ਪਾਰਟੀ ਨਾਲ ਸੰਬੰਧਿਤ ਸੀਗੇ অপਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਜਿਨ੍ਹਾਂ ਨੇ ਏ ਬੀ ਸੀ ਡੀ ਕੁਝ ਵੀ ਲਾਇਆ ਗਲਤ ਆ ਸੋ ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਕਰੀ ਤਾਂ ਉਹ ਗਦਰ ਪਾਰਟੀ ਨਾਲ ਸੰਬੰਧਿਤ ਸੀਗੇ ਗਦਰ ਪਾਰਟੀ ਹੋਈ ਆ ਜਿਹੜੀ 1913 ਵਿੱਚ ਬਣੀ ਸੀਗੀ ਹਾਂਜੀ ਕਿੱਥੇ ਬਣੀ ਸੀਗੀ ਸਰੇ ਬਣੀ ਸੀਗੀ ਯੂ ਐਸ ਏ ਸੈਨ ਫਰਾਂਸਿਸਕੋ ਦੇ ਵਿੱਚ ਦਾ ਹੈੱਡ ਕੁਆਰਟਰ ਸੀਗਾ ਠੀਕ ਆ ਸੋ 2 ਪੁਆਇੰਟ ਦੇ ਦੱਸ ਦਿੱਤੇ ਆ ਬਾਕੀ ਆਪਾਂ ਹੌਲੀ ਹੌਲੀ ਦੇ ਪੁਆਇੰਟ ਜਿਹੜੇ ਉਹ ਜ਼ਰੂਰ ਕਰਾਂਗੇ ਜੀ ਨੋਟ ਕਰ ਲਿਓ ਅਗਲਾ ਕੁਐਸਚਨ ਕਹਿੰਦੇ ਗੰਦਾਰ ਆਟ ਦੀ ਗੱਲ ਕਰੀ ਜਿਹੜਾ ਗੰਦਾਰ ਆਟ ਹੈਗਾ ਆ ਉਹ ਫਲਰਿਸ਼ ਸੀਗਾ ਦ ਰੀਜਨ ਆਫ ਕਿਹੜੇ ਏਰੀਏ ਵਿੱਚ ਗੰਦਾਰ ਕਲਾ ਦੀ ਗੱਲ ਕਰੀਏ ਤਾਂ ਉਹ ਕਿਹੜੇ ਏਰੀਆ ਵਿੱਚ ਬਹੁਤ ਜ਼ਿਆਦਾ ਫੇਮਸ ਸੀਗਾ ਪਰਚਲਿਤ ਸੀਗਾ ਸੋ ਕਹਿੰਦੇ ਮੁਲਤਾਨ ਤੇ ਝੰਗ ਦੇ ਏਰੀਏ ਵਿੱਚ ਜਾਂ ਫਿਰ 라ਵਲਪਿੰਡੀ ਤੇ ਪਸ਼ਾਵਰ ਦੇਰੀ ਵਿੱਚ ਜਾਂ ਫਿਰ ਜਲੰਧਰ ਤੇ ਲੁਧਿਆਣਾ ਤੇ ਜਾਂ ਫਿਰ ਸ਼ਿਵਾਲਿਕਾ ਦੀਆਂ ਪਹਾੜੀਆਂ ਵਿੱਚ ਕਿਹੜੇ ਏਰੀਆ ਵਿੱਚ ਬਹੁਤ ਜ਼ਿਆਦਾ ਫੇਮਸ ਸਿਗਾਇਏ ਵਾਲਾ ਸਾਡੇ ਕੋਲੇ ਆਰਟ ਸਪੈਸ਼ਲ ਜਿਹੜੀ ਹੈਗੀ ਆ ਗੰਧਾਰ ਕਲਾ ਹਾਂ ਵੀ ਦੱਸੋ ਸ਼ਾਬਾਸ਼ ਹਾਂ ਵੀ ਲਾਈਕ ਕਰਤਾ ਨਾ ਸਭ ਨੇ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਸ਼ਾਬਾਸ਼ लाइक like जरूर कर दो वेरी गुड वेरी गुड खिंच के आंसर की सर ऑप्शन नंबर बी इज द करैक्ट आंसर जिन्होंने ए लाया ਸਫਲਿਸ਼ ਹਮਤਲ ਡਿਵੈਲਪ ਕਰਨਾ ਬਹੁਤ ਉੱਚੇ ਤੱਕ ਠੀਕ ਹੈ ਸੋ 라ਵਲ ਪਿੰਡੀ ਦੇ ਪੇਸ਼ਾਵਰ ਦੇ ਏਰੀਆ ਵਿੱਚ ਕਹਿੰਦੇ ਬਹੁਤ ਜ਼ਿਆਦਾ ਫੇਮਸ ਸਗੀ ਸੋ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਲੋ ਜੀ ਅਗਲਾ ਕੁਐਸਚਨ ਹੁਣ ਇਹ ਕੁਐਸਚਨ ਬੜੇ ਹੀ ਧਿਆਨ ਨਾਲ ਕਰਨ ਵਾਲਾ ਇਹਨੂੰ ਜਦੋਂ ਕਰਨਾ ਨਾ ਬਹੁਤ ਹੀ ਧਿਆਨ ਨਾਲ ਪੜਨਾ ਕਨਸਿਡਰ ਦਾ ਫੋਲੋਇੰਗ ਰਾਮਸਰ ਸਾਈਟ ਹੇਠ ਲਿਖੇ ਆ ਰਾਮਸਰ ਸਾਈਟ ਨੂੰ ਪੜੋ ਕਹਿੰਦੇ ਸਰ ਸਾਨੂੰ ਪਤਾ ਆ ਪੰਜਾਬ ਦੇ ਵਿੱਚ ਟੋਟਲ 6 ਰਾਮਸਰ ਸਾਈਟ ਨੇ ਠੀਕ ਹੈ ਉਹਨਾਂ ਵਿੱਚੋਂ ਕਹਿੰਦੇ ਹਰੀਕੇ ਵੈਟਲੈਂਡ ਨੰਗਲ ਵਾਈਲਡਲਾਈਫ ਸੈਂਚੂਰੀ ਤੇ ਕਾਂਜਲੀ ਵੈਟਲੈਂਡ ਹੈਗੇ ਨੇ ਸੋ ਇਹਨਾਂ ਨੂੰ ਇਹ ਦੱਸਣਾ ਵੀ ਅਸੀਂ ਕਿਵੇਂ ਕਿਵੇਂ ਡਿਕਲੇਅਰ ਕੀਤਾ ਗਿਆ ਉਹਦੇ ਅਕੋਰਡਿੰਗ ਲਿਖਣਾ ਮਤਲਬ ਸਭ ਤੋਂ ਪਹਿਲਾਂ ਕਿ ਇਹਨੂੰ ਡਿਕਲੇਅਰ ਕੀਤਾ ਗਿਆ ਦੂਜੇ ਨੰਬਰ ਤੇ ਕਿਹਨੂੰ ਡਿਕਲੇਅਰ ਕੀਤਾ ਗਿਆ ਤੀਜੇ ਨੰਬਰ ਤੇ ਕਿਹਨੂੰ ਡਿਕਲੇਅਰ ਕੀਤਾ ਗਿਆ ਸੋ ਉਸ ਤਰੀਕੇ ਨਾਲ ਅਸੀਂ ਚੱਲਣਾ ਆ ਬੜੇ ਹੀ ਧਿਆਨ ਨਾਲ ਪੜੋ ਹਰੀਕੇ ਦੀ ਗੱਲ ਕਰੀਏ ਸਰ ਹਰੀਕੇ 1990 ਵਿੱਚ ਡਿਕਲੇਅਰ ਕੀਤੀ ਗਈ ਸੀਗੀ ਰਾਮਸਰ ਸਾਈ ਸਭ ਤੋਂ ਪਹਿਲੀ ਇਹ ਹੀ ਆ ਸਭ ਤੋਂ ਪਹਿਲੀ ਕਿਹੜੀ ਆ ਸਰ ਹਰੀਕੇ ਹੁਣ ਜੇ ਸਭ ਤੋਂ ਪਹਿਲੀ ਹਰੀਕੇ ਆ ਤਾਂ ਮੈਨੂੰ ਇੱਕ ਗੱਲ ਕਲੀਅਰ ਹੋ ਗਈ ਆ ਵੀ ਸਭ ਤੋਂ ਪਹਿਲੇ ਨੰਬਰ ਤੇ ਹਰੀਕੇ ਆਉਣਾ ਚਾਹੀਦਾ ਮਤਲਬ ਕਿ ਇੱਕ ਨੰਬਰ ਸਭ ਤੋਂ ਪਹਿਲੇ ਨੰਬਰ ਤੇ ਆਊਗਾ ਸੋ ਇੱਕ ਨੰਬਰ ਇੱਕ ਤਾਂ A ਦੇ ਵਿੱਚ ਪਹਿਲੇ ਨੰਬਰ ਤੇ ਆ ਤੇ ਇੱਕ D ਨੰਬਰ ਦੇ ਵਿੱਚ ਪਹਿਲੇ ਨੰਬਰ ਤੇ ਆ ਸੋ ਇਹ ਦੋ ਆਨਸਰ ਨਹੀਂ ਹੋ ਸਕਦੇ ਇਹ ਮੈਨੂੰ ਪਤਾ ਲੱਗ ਗਿਆ ਇਹਨੂੰ ਅਸੀਂ ਕੀ ਕਹਿੰਦੇ ਆ ਸਰ ਐਲੀਮੀਨੇਸ਼ਨ ਮੈਥਡ ਓਕੇ ਜੀ ਚਲੋ ਉਸ ਤੋਂ ਬਾਅਦ ਗੱਲ ਕਰੀਏ ਨੰਗਲ ਦੀ ਸਰ ਨੰਗਲ ਵਾਲੀ 2019 ਦੇ ਵਿੱਚ ਬਣੀ ਆ ਤੇ ਕਾਂਜਲੀ ਵਾਲੀ 2002 ਦੇ ਵਿੱਚ ਅਨਾਉਂਸ ਕੀਤੀ ਗਈ ਆ ਲੋ ਜੀ ਸੋ 1 3 ਤੇ 2 1 3 ਤੇ 2 ਆਪਸ਼ਨ ਨੰਬਰ ਡੀ ਸ਼ਾਬਾਸ਼ ਕਿਹੜੇ ਕਿਹੜੇ ਸਟੂਡੈਂਟ ਨੇ ਡੀ ਲਾਇਆ ਦੱਸੋ ਕਿਹੜੇ ਕਿਹੜੇ ਸਟੂਡੈਂਟ ਨੇ ਡੀ ਲਾਇਆ ਸਭ ਦਾ ਸਹੀ ਹੈ ਜੀ ਵੈਰੀ ਗੁੱਡ ਸ਼ਾਬਾਸ਼ ਸੋ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਲੋ ਜੀ ਅਗਲਾ ਕੁਐਸਚਨ ਓਹੋ ਇਹ ਤਾਂ ਬਹੁਤ ਥੱਕਾ ਹੋ ਗਿਆ ਇਹ ਤਾਂ ਚੰਗੀ ਗੱਲ ਨਹੀਂ ਹੈਗੀ ਚਲੋ 1 ਮਿੰਟ ਹੋਲਡ ਰੱਖੋ ਜਿਨ੍ਹਾਂ ਨੇ ਦੇਖ ਲਿਆ ਚੰਗੀ ਗੱਲ ਆ ਜਿਨ੍ਹਾਂ ਨੇ ਨਹੀਂ ਦੇਖਿਆ ਠੀਕ ਆ ਭਾਈ ਹੈਨਾ ਚਲੋ ਜੀ ਹੁਣ ਦੇਖੋ ਫਿਰ ਕਹਿੰਦੇ ਪੂਰਨ ਭਗਤੀ ਦੀ ਗੱਲ ਕਰੀਏ ਤਾਂ ਉਹ ਕਿਹੜੇ ਏਰੀਆ ਨਾਲ ਸੰਬੰਧਿਤ ਸੀਗੇ ਹੁਣ ਦੇਖ ਤਾਂ ਤੁਸੀਂ ਲਿਆਈ ਹੋਣਾ ਨਾ ਹਨਾ ਖਰਾ ਤਾਂ ਤੁਸੀਂ ਬਹੁਤ ਹੋ ਜਾ ਹਾਂ ਲਾਈਵ ਕਲਾਸ ਮਾਸਟਰ ਕੈਟਰ ਦੀ ਕੱਲ ਤੋਂ ਚੱਲੂਗੀ ਜੀ ਚੱਲੂਗੀ ਚੱਲੂਗੀ ਸ਼ਾਬਾਸ਼ ਸੋ ਹੁਣ ਤਾਂ ਇਹਦੇ ਵਿੱਚ ਕੀ ਹੋਲਾ ਕਹਿੰਦੇ ਹੁਣ ਕੀ ਦਸੀਏ ਕੀ ਪੁੱਛਦੇ ਹਾਂ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾਂ ਦਾ ਲਓ ਜੀ ਸੋ অপਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ ਸਿਆਲਕੋਟ ਕਹਿੰਦੇ ਪੂਰਨ ਭਗਤੀ ਨਾਲ ਸਬੰਧਿਤ ਹੈ ਕਹਿੰਦੇ ਕਿੱਥੇ ਰੇਲ ਕੋਚ ਫੈਕਟਰੀ ਸਥਿਤ ਹੈ ਪੰਜਾਬ ਦੇ ਕਿਹੜੇ ਏਰੀਏ ਵਿੱਚ ਰੇਲ ਕੋਚ ਫੈਕਟਰੀ ਸਥਿਤ ਹੈ ਇਹ ਵੀ ਦੱਸਣਾ ਹੈ ਵੀ ਉਹ ਜਿਹੜਾ ਏਰੀਆ ਆ ਕੀ ਉਹ ਪਠਾਨਕੋਟ ਆ ਕਪੂਰਥਲਾ ਆ ਅੰਮ੍ਰਿਤਸਰ ਸਾਹਿਬ ਜਾਂ ਫਿਰ ਬਠਿੰਡਾ ਆ ਕਹਿੰਦੇ ਸਰ ਜੀ ਉਹਦਾ ਨਾਮ ਹੈਗਾ ਜੀ ਕਪੂਰਥਲਾ ਵੈਰੀ ਗੁੱਡ ਸ਼ਾਬਾਸ਼ ਸੋ ਇਹ ਪੰਜਾਬ ਦੇ ਕਿਹੜੇ ਏਰੀਆ ਚ ਆਉਂਦਾ ਪੰਜਾਬ ਦੇ ਕਿਹੜੇ ਏਰੀਆ ਚ ਆਉਂਦਾ ਸਰ ਜੀ ਉਹਦਾ ਜੀ ਦੁਆਬੇ ਦੇ ਵਿੱਚ ਕਿੱਥੇ ਆਉਂਦਾ ਜੀ ਦੁਆਬੇ ਵਿੱਚ ਹਾਂ ਵੀ ਪਠਾਨਕੋਟ ਕਿਹੜੇ ਰੀਜ ਆਉਂਦਾ ਅੰਮ੍ਰਿਤਸਰ ਸਾਹਿਬ ਕਿਹੜੇ ਰੀਜ ਆਉਂਦਾ ਤੇ ਬਠਿੰਡਾ ਕਿਹੜੇ ਰੀਜ ਚ ਆਉਂਦਾ ਇਹ ਵੀ ਤੁਸੀਂ ਮੈਨੂੰ ਜ਼ਰੂਰ ਦੱਸੋ ਬਠਿੰਡਾ ਆਉਂਦਾ ਜੀ ਮਾਲਵੇ ਦੇ ਵਿੱਚ ਜਿਹੜੇ ਬਾਕੀ ਦੋ ਏਰੀਏ ਕਿੱਥੇ ਆਉਂਦੇ ਆ ਪਠਾਨ ਧਿਆਨ ਨਾਲ ਪੜ੍ਹਨਾ ਹੈ ਮੈਪ ਤੋਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਅਗਲਾ ਕੁਸ਼ਣ ਅਗਲਾ ਕੁਸ਼ਣ ਅਗਲਾ ਕੀ ਕਹਿੰਦਾ ਸਾਡੇ ਕੋਲੇ ਕਹਿੰਦੇ ਵਿੱਚ ਰਿਵਰ ਇਜ਼ ਆਲਸੋ ਨੋਨ ਐਜ਼ ਅ ਸਿੰਘੀ ਖੰਬਨ ਜਾਂ ਫਿਰ ਲਾਇਨਜ਼ ਮਾਉਥ ਭਾਈ ਕਿਹੜੀ ਨਦੀ ਨੂੰ ਅਸੀਂ ਸਿੰਘੀ ਖੰਬਨ ਜਾਂ ਫਿਰ ਸ਼ੇਰ ਦੇ ਮੂੰਹ ਵਾਲੀ ਨਦੀ ਦੇ ਨਾਮ ਨਾਲ ਜਾਣਦੇ ਹਾਂ ਜੀ ਦੱਸੋ ਕਿਹੜੀ ਨਦੀ ਨੂੰ ਸ਼ਾਬਾਸ਼ ਕਰੋ ਆਨਸਰ ਕਿਹੜੀ ਨਦੀ ਨੂੰ ਅਸੀਂ ਸ਼ੇਰ ਦੇ ਮੂੰਹ ਵਾਲੀ ਨਦੀ ਵਜੋਂ ਜਾਣਦੇ ਹਾਂ ਸਤਲੁਜ ਬਿਆਸ ਰਾਵੀ ਇੰਡਸ ਹੁਣ ਦੇਖੋ ਜਿਹੜੀਆਂ ਇਹ ਨਦੀਆਂ ਨਾ ਆਪਣੇ ਜਿਵੇਂ ਇੰਡੀਆ ਦੀ ਵੀ ਗੱਲ ਕਰਾਂ ਆ ਨਾ ਸੁਣੋ ਇਸ ਗੱਲ ਨੂੰ ਬਹੁਤ ਇੰਪੋਰਟੈਂਟ ਆ ਕਿਉਂਕਿ ਅੱਧੀ ਗੱਲ ਇਹਨੇ ਕਲੀਅਰ ਕਰ ਦੇਣੀ ਆ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਦੇ ਵਿੱਚ ਤਿੰਨ ਵੱਡੀਆਂ ਰਿਵਰਾਂ ਇਦਾਂ ਦੀਆਂ ਨੇ ਜਿਹੜੀਆਂ ਪੰਜਾਬ ਤੋਂ ਬਾਹਰੋਂ ਆਉਂਦੀਆਂ ਨੇ ਲੋਜੀ ਆਨਸਰ ਆਗਾ ਸਾਡੇ ਕੋਲ ਇੰਡਸ ਜੇ ਮੈਂ ਕਹਿੰਦਾ ਇੰਡੀਆ ਤੋਂ ਬਾਹਰੋਂ ਆਉਂਦੀ ਨੇ ਪੰਜਾਬ ਨਹੀਂ ਸੌਰੀ ਤਿੰਨ ਇਦਾਂ ਦੀਆਂ ਵੱਡੀਆਂ ਨਦੀਆਂ ਨੇ ਜਿਹੜੀਆਂ ਇੰਡੀਆ ਤੋਂ ਬਾਹਰੋਂ ਸਟਾਰਟ ਹੁੰਦੀਆਂ ਨੇ ਉਹਨਾਂ ਤਿੰਨਾਂ ਦਾ ਨਾਮ ਹੈਗਾ ਇੰਡਸ ਰਿਵਰ ਦੂਜੀ ਹੈਗੀ ਸਾਡੇ ਕੋਲੇ ਗੰਗਾ ਦੂਜੀ ਹੈਗੀ ਸਾਡੇ ਕੋਲੇ ਸਤਲੁਜ ਗੰਗਾ ਨਹੀਂ ਹੈਗੀ ਸਤਲੁਜ ਤੇ ਤੀਜੀ ਹੈਗੀ ਸਾਡੇ ਕੋਲੇ ਬ੍ਰਹਮਪੁੱਤਰ ਬ੍ਰਹਮਪੁੱਤਰ ਹੁਣ ਇਹ ਜਿਹੜੀਆਂ ਦੋ ਆਏ ਪੰਜਾਬ ਨਾਲ ਸੰਬੰਧਿਤ ਆ ਬ੍ਰਹਮਪੁੱਤਰ ਆ ਪਾਸੇ ਲੰਘ ਜਾਂਦੀ ਉਹਦੇ ਬਾਰੇ ਆਪਾਂ ਨਹੀਂ ਪੜਾਂਗੇ ਦੋ ਬਾਰੇ ਪੜਾਂਗੇ ਸੋ ਇੰਡਸ ਨੂੰ ਅਸੀਂ ਕਹਿੰਨੇ ਆ ਸਿੰਗੀ ਖੰਬਨ ਤੇ ਸਤਲੁਜ ਨੂੰ ਕਹਿੰਨੇ ਆ ਲੰਗਿੰਚਨ ਖੰਬਾਬ ਉਹਨਾਂ ਵਿੱਚੋਂ ਇਹ ਵੀ ਬਾਹਰੋਂ ਹੁੰਦੀ ਆ ਇਹ ਵੀ ਬਾਹਰੋਂ ਹੁੰਦੀ ਆ ਸੋ ਇਹਦਾ ਨਾਮ ਕੀ ਹੋ ਗਿਆ ਲੰਗਿੰਚਨ ਖੰਬਾਬ ਇੰਡਸ ਦਾ ਨਾਮ ਹੋ ਗਿਆ ਸਿੰਧੂ ਨਦੀ ਬਿਆਸ ਤੇ ਰਾਵੀ ਕਿਹੜੇ ਸਟੇਟ ਦੇ ਵਿੱਚੋਂ ਸਟਾਰਟ ਹੁੰਦੀ ਹੈ ਸੱਦੀ ਬਿਆਸ ਤੇ ਰਾਵੀ ਹਿਮਾਚਲ ਦੇ ਵਿੱਚੋਂ ਸਟਾਰਟ ਹੁੰਦੀ ਹੈ ਲੋਜੀ ਕਰ ਲਿਆ ਨੋਟ ਦੱਸ ਦੋ ਯਸ ਸਰ ਲਿਖ ਦੋ ਅਗਲਾ ਕੁਸ਼ਣ ਦੇਖੋ ਗੁਰਦੁਆਰਾ ਬੇਰ ਸਾਹਿਬ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜਾਂ ਕਿੱਥੇ ਸਥਿਤ ਹੈ ਜ਼ਿਲ੍ਹਾ ਵਿਦਾਸੀ ਦਿਹੁਣ ਦਰਾਂ ਸਾਲ ਤੁਸੀਂ ਉਹ ਮੇਰੀ ਵੀਡੀਓ ਦੇਖੀ ਸਾਰਿਆਂ ਨੇ ਜਿਹਦੇ ਵਿੱਚ ਹਿੰਮਤ ਮੇਰੇ ਕੋਲ ਨਹੀਂ ਆਇਆ ਆਪਦੀ ਮੰਮੀ ਕੋਲੇ ਚਲਾ ਗਿਆ ਸੀਗਾ ਹੈ ਕਿਨੇ ਕਿਨੇ ਦੇਖੀਓ ਵਾਲੀ ਵੀਡੀਓ ਹਾਂਜੀ ਉਹ ਪੈਲਸ ਜਿਹੜਾ ਸੀਗਾ ਉਹ ਜਿੱਥੇ ਮੈਰਿਜ ਦੇਖੀ ਸੀ ਉਹ ਇਸ ਏਰੀਆ 'ਚ ਸੀਗਾ ਤੇ ਗੁਰੂ ਘਰ ਵੀ ਗੁਰਦੁਆਰਾ ਬੀਰ ਸਾਹਿਬ ਵੀ ਇਸ ਏਰੀਆ ਦੇ ਵਿੱਚ ਸਥਿਤ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਸੋ ਸੁਲਤਾਨਪੁਰ ਲੋਧੀ ਦੀ ਗੱਲ ਕਰੀ ਤਾਂ ਕਪੂਰਥਲੇ ਜ਼ਿਲ੍ਹੇ 'ਚ ਆਉਂਦਾ ਦੀ ਕਿੱਥੇ ਆਉਂਦਾ ਸਰ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਕਿੱਥੇ ਸਰ ਕਪੂਰਥਲਾ ਡਿਸਟ੍ਰਿਕਟ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਲੋ ਜੀ ਅਗਲਾ ਕੁਸ਼ਣ ਅਗਰ ਇੰਸਟਾ ਦੇ ਭਾਈ ਜੀ ਇੰਸਟਾ ਦੇ ਇੰਸਟਾ ਤੇ ਕੋਣ ਕੋਣ ਤੁਹਾਡੇ ਜੋ ਮੇਰੇ ਨਾਲ ਹਾਂ ਯੱਦੇ ਪੰਜਾਬ ਨੇ ਵੀਡੀਓ ਦੇਖ ਲਈ ਤੁਸੀਂ ਵੀਡੀਓ ਦੇਖੀ ਇੰਸਟਾ ਤੇ ਜਾ ਕੇ ਸਰਚ ਕਰੋ ਫਤੇਸਰ ਉੱਥੇ ਆ ਜੂਗਾ ਫਿਰ ਠੀਕ ਹੈ ਜੀ ਚਲੋ ਅਗਲਾ ਕੁਐਸਚਨ ਸਾਡੇ ਕੋਲ ਕਹਿੰਦੇ ਹੂ ਵਾਸ ਅ ਸੀਐਮ ਆਫ ਪੰਜਾਬ ਡਿਊਰਿੰਗ ਦਾ ਡਿਸੋਲੂਸ਼ਨ ਆਫ ਦਾ ਵਿਧਾਨ ਸਭਾ ਜਦੋਂ ਵਿਧਾਨ ਸਭਾ ਨੂੰ ਭੰਗ ਕੀਤਾ ਸੌਰੀ ਵਿਧਾਨ ਪਰਿਸ਼ਦ ਆਊਗਾ ਗਲਤ ਹੋ ਗਿਆ ਇੱਥੇ ਵਿਧਾਨ ਪਰਿਸ਼ਦ ਵਿਧਾਨ ਪਰਿਸ਼ਦ ਨਾ ਸਭਾ ਵਿਧਾਨ ਸਭਾ ਦਾ ਭੰਗ ਹੀ ਨਹੀਂ ਹੋਈ ਹਾਂ ਜਦੋਂ ਵਿਧਾਨ ਪ੍ਰੀਸ਼ਦ ਨੂੰ ਖਤਮ ਕੀਤਾ ਗਿਆ ਸੀਗਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀਗੇ ਵਿਧਾਨ ਪ੍ਰੀਸ਼ਦ ਨੂੰ ਜਦੋਂ ਖਤਮ ਕੀਤਾ ਗਿਆ ਸੀਗਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀਗੇ ਸੋ ਦੇਖੋ ਧਿਆਨ ਨਾਲ ਪੜੋ ਕੁਐਸਚਨ ਨੂੰ ਬੜੇ ਧਿਆਨ ਨਾਲ ਪੜ੍ਹਨਾ ਸੀ ਗਲਤ ਨਹੀਂ ਕਰਨਾ ਪੇਪਰ ਚੋਂ ਵਾਲਾ ਆ ਸੋ ਇਹ ਵੀ ਦੱਸ ਦਿਓ ਕਿ ਵਿਧਾਨ ਸਭਾ ਕਦੋਂ ਭੰਗ ਹੋਈ ਸੀਗੀ ਵੈਨ ਕਦੋਂ ਭੰਗ ਹੋਈ ਸੀਗੀ ਹਾਂ ਵੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬਹੁਤ ਸਾਰੇ ਬੱਚਿਆਂ ਨੇ ਸਹੀ ਆਨਸਰ ਕੀਤਾ ਆ ਸੋ ਆਪਸ਼ਨ ਨੰਬਰ B ਗੁਰਨਾਮ ਸਿੰਘ ਲੇਕਿਨ ਇਹਨਾਂ ਬਹੁਤ ਸਾਰਿਆਂ ਵਿੱਚ ਪਤਾ ਕਿੰਨੇ ਆ 60 ਤੋਂ 70 ਬੱਚੇ ਕਿਉਂਕਿ ਆਪਾਂ ਪੌਣੇ 300 ਬੈਠੇ ਆ ਤੇ ਉਹਨਾਂ ਵਿੱਚੋਂ ਕਈਆਂ ਨੇ ਆਨਸਰ ਹੀ ਨਹੀਂ ਕੀਤਾ ਸੋ ਕਈ ਕਿੰਨੇ ਆ 150 ਬੱਚਾ 150 ਤੋਂ 200 ਬੱਚੇ ਜਿਹਨਾਂ ਨੇ ਆਨਸਰ ਹੀ ਨਹੀਂ ਕੀਤਾ ਤੁਸੀਂ ਆਪ ਸੋਚੋ ਕੰਪੀਟੀਸ਼ਨ ਕਿੰਨਾ ਆ ਹਜ਼ਾਰਾਂ ਬੱਚਿਆਂ ਨੇ ਪੇਪਰ ਭਰਨਾ ਉਹਨਾਂ ਵਿੱਚੋਂ ਕੁਝ ਬੱਚੇ ਇੱਥੇ ਬੈਠੇ ਲਾਈਵ ਤੇ ਉਹਨਾਂ ਵਿੱਚੋਂ ਸਿਰਫ 30 ਬੱਚੇ 30% ਬੱਚੇ ਜਾਂ 20% ਬੱਚੇ ਅਨਸਰ ਕਰ ਰਹੇ ਆ ਬਾਕੀ ਅਨਸਰ ਹੀ ਨਹੀਂ ਕਰ ਰਹੇ ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਰੇਸ 'ਚ ਹੈਗੇ ਹੋ ਜਿਹੜੇ ਬਾਕੀ ਅਨਸਰ ਨਹੀਂ ਕਰ ਰਹੇ ਆਉਂਦਾ ਨਹੀਂ ਆਉਂਦਾ ਵੱਧ ਦੀ ਗੱਲ ਆ ਮੈਂ ਨਹੀਂ ਕਹਿੰਦਾ ਸਾਰਿਆਂ ਨੂੰ ਆਉਣਾ ਚਾਹੀਦਾ ਸਿੱਖਣਾ ਆਇਓ ਕਲਾਸ ਸਿੱਖੋ ਪਰ ਜੇ ਅਨਸਰ ਹੀ ਨਹੀਂ ਕਰ ਰਹੇ ਅਸੀਂ ਰੇਸ 'ਚ ਹੈਗੇ ਆ ਅਸੀਂ ਜੇ 200 250 ਬੱਚੇ ਨਾਲ ਨਹੀਂ ਇੱਥੇ ਕੰਪੀਟੀਸ਼ਨ ਕਰ ਸਕਦੇ ਅਸੀਂ ਕਿੱਥੋਂ ਹਜ਼ਾਰਾਂ ਬੱਚਿਆਂ ਨਾਲ ਕੰਪੀਟੀਸ਼ਨ ਕਰਾਂਗੇ ਸੋ ਇਹਦੇ ਬਾਰੇ ਜ਼ਰੂਰ ਸੋਚੋ ਨਵਾਂ ਸਾਲਾ ਕੁਝ ਨਵੀਂ ਚੀਜ਼ ਲੈ ਕੇ ਆਉਂਦੇ ਲਈ ਸੋ ਆਨਸਰ ਕੀ ਸਾਡੇ ਕੋਲ ਕਹਿੰਦੇ ਗੁਰਨਾਮ ਸਿੰਘ 1970 ਦੇ ਵਿੱਚ ਕਹਿੰਦੇ ਇਹਨੂੰ ਖਤਮ ਕੀਤਾ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਬੱਚੇ ਬਿਲਕੁਲ ਵੀ ਨਹੀਂ ਲਉਣਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੁਣੀ ਮਾਰਚ 1970 ਚ ਆਏ ਸੀਗੇ ਤੇ ਇਹ ਵਾਲਾ ਕੰਮ ਹੋ ਗਿਆ ਸੀਗਾ ਜਨਵਰੀ 1970 ਦੇ ਵਿੱਚ ਲੋਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਪੜੋ ਅਗਲਾ ਕੁਐਸਚਨ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਨੇ हां सुरेंद्र परमात्मा ਗਰੇ ਤੁਹਾਡਾ ਪੇਪਰ ਜਰੂਰ ਕਲੀਅਰ ਹੋਵੇਗਾ ਤੁਸੀਂ ਬਹੁਤ ਮਿਹਨਤੀ ਹੋ ਮਿਹਨਤ ਕਰਦੇ ਹੋ ਸੋ ਤੁਹਾਡਾ ਇਗਜ਼ਾਮ ਜਰੂਰ ਕਲੀਅਰ ਹੋਊਗਾ ਸੋ ਲਓ ਜੀ ਆਨਸਰ ਕੀ ਸਾਡੇ ਕੋਲੇ ਕਹਿੰਦੇ ਵਿਸਤ੍ਰ ਦਬਾਬ ਕਿੱਥੇ ਹੈ ਕਿਹੜੇ ਏਰੀਆ ਵਿੱਚ ਹੈ ਸੱਤ ਲਓ ਜ ਉਹ ਵਿਸਤ੍ਰ ਦਬਾਬ ਕਨਾਲ ਸੌਰੀ ਬਿਸਤ ਦਬਾਅ ਕਨਾਲ ਕਿੱਥੋਂ ਸ਼ੁਰੂ ਹੁੰਦੀ ਹੈ ਸੋ ਬਿਸਤ ਦਬਾਅ ਕਨਾਲ ਜਿਹੜੀ ਆ ਕਹਿੰਦੇ ਉਹ ਸਟਾਰਟ ਹੁੰਦੀ ਹੈ ਸਤਲੁਜ ਰਿਵਰ ਤੋਂ অপਸ਼ਨ ਨੰਬਰ ਏ ਇਸ ਦਾ ਕਰੈਕਟ ਆਨਸਰ ਥੋੜਾ ਦੇ ਬਾਰੇ ਡਿਟੇਲ ਚ ਪੜ ਲੈਨੇ ਕਹਿੰਦੇ ਬਿਸਤ ਦਬਾਅ ਕਨਾਲ ਦੀ ਗੱਲ ਕਰੀਏ ਤਾਂ ਇਹ ਜਿਹੜੀ ਆ ਇਹ ਰਾਈਟ ਬੈਂਕ ਹੈ ਸਤਲੁਜ ਦੇ ਉਹਦੇ ਸੱਜੇ ਹੱਥ ਹੈ ਰੋਪੜ ਤੋਂ ਸਟਾਰਟ ਹੁੰਦੀ ਹੈ ਇਹ ਵੀ ਗੱਲ ਯਾਦ ਰੱਖਿਓ ਤੇ ਬਿਸਤ ਦਬਾਅ ਜਿਹੜੀ ਕਨਾਲ ਆ ਇਹ ਕੰਸਟਰਕਟ ਕੀਤੀ ਗਈ ਸੀ 1954-55 ਦੇ ਵਿੱਚ ਲੈਂਥ ਇਹਦੀ 805 ਕਿਲੋਮੀਟਰ ਹੈ ਸੋ ਇਹ ਨਹੀਂ ਜ਼ਰੂਰੀ ਨਹੀਂ ਹੈਗੀ ਲੇਕਿਨ ਹਾਂ ਕਿੱਥੋਂ ਸਟਾਰਟ ਹੁੰ ਇੱਕ ਨੰਬਰ ਯਾਦ ਰੱਖਣਾ ਇਹ ਠੀਕ ਹੈ ਇਹਦੇ ਨਾਲ ਨਾਲ ਕਿਹੜੀ ਨਦੀ ਤੇ ਹੈ ਵੀ ਅਸੀਂ ਜ਼ਰੂਰ ਯਾਦ ਰੱਖਾਂਗੇ ਸੋ ਦੋ ਇਹ ਗੱਲਾਂ ਬਹੁਤ ਹੀ ਜ਼ਿਆਦੀਆਂ ਇੰਪੋਰਟੈਂਟ ਨੇ ਲੋ ਜੀ ਅਗਲਾ ਕੁਐਸਚਨ ਸਾਡੇ ਕੋਲ ਆ ਚੁੱਕਾ ਆ ਝੂਮਰ ਡਾਂਸ ਬਿਲੋਂਗਸ ਟੂ ਝੂਮਰ ਡਾਂਸ ਕਿਹੜੇ ਏਰੀਆ ਨਾਲ ਸਬੰਧਿਤ ਹੈ ਸ਼ਾਬਾਸ਼ ਝੂਮਰ ਡਾਂਸ ਕਿਹੜੇ ਏਰੀਆ ਨਾਲ ਸਬੰਧਿਤ ਹੈ ਕਰੋ ਜੀ ਆਨਸਰ ਕਰੋ ਜੀ ਕਰੋ ਆਨਸਰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਕਰੋ ਖਿੱਚ ਕੇ ਆਨਸਰ ਸ਼ਾਬਾਸ਼ 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 ਆਨਸਰ ਕਰੋ ਸੋ ਕਿਹੜੇ ਨਾਲ ਸੰਦਲਵਾਰ ਏਰੀਆ ਨਾਲ ਸੰਬੰਧਿਤ ਹੈ অপਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਲੋ ਜੀ ਅਗਲਾ ਕੁਐਸਚਨ ਆ ਗਿਆ ਸੋ ਅਗਲਾ ਹੋਰ ਵੀ ਜ਼ਿਆਦਾ ਘੈਂਟ ਆ ਗਿਆ ਥੋੜਾ ਲੈਂਥੀਜ ਆ ਗਿਆ ਇਹਨੂੰ ਪੜੋ ਤੇ ਦਾ ਆਨਸਰ ਕਰੋ ਕੀ ਹੈ ਕੁਐਸਚਨ ਕਹਿੰਦੇ ਕੇਸ਼ਵਪੁਰ ਮਿਆਨੀ ਵੈਟਲੈਂਡ ਦੀ ਗੱਲ ਕਰੀਏ ਤਾਂ ਜਿਹੜਾ ਕਿ ਹੁਣੇ-ਹੁਣੇ ਨਿਊਜ਼ ਦੇ ਵਿੱਚ ਹੈਗਾ ਸੋ ਇਹ ਥੋੜਾ ਪੁਰਾਣਾ ਕੁਐਸਚਨ ਹੈ ਲੇਕਿਨ ਉਸ ਸਮੇਂ ਨਿਊਜ਼ ਦੇ ਵਿੱਚ ਜ਼ਰੂਰ ਸੀਗਾ ਉਦੇ ਬਾਰੇ ਕੀ ਕੀ ਸਾਡੇ ਕੋਲ ਸਟੇਟਮੈਂਟ ਆਈਆਂ ਨੇ ਪਹਿਲੀ ਸਟੇਟਮੈਂਟ ਕਹਿੰਦੀ ਆ ਇਟ ਹੈਜ਼ ਬੀਨ ਡਿਕਲੇਅਰਡ ਐਟ ਰਾਮਸਰ ਸਾਈਟ ਕਹਿੰਦੇ ਇਹਨੂੰ ਰਾਮਸਰ ਸਾਈਟ ਡਿਕਲੇਅਰ ਕੀਤਾ ਗਿਆ ਹਾਂਜੀ ਕੇਸ਼ਵਪੁਰ ਹੈਗੀ ਕਿ ਨਹੀਂ ਹੈਗੀ ਇੱਕ ਨੇਚਰਲ ਵੈਟਲੈਂਡ ਹੈ ਦੱਸੋ ਜੀ ਐਂਡ ਇਟ ਇਜ਼ ਸਿਚੁਏਟਿਡ ਇਨ ਗੁਰਦਾਸਪੁਰ ਡਿਸਟ੍ਰਿਕਟ ਇਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਸ਼ਾਬਾਸ਼ ਕਰੋ ਆਨਸਰ ਇਦਾਂ ਦੇ ਕੁਐਸਚਨ ਵੀ ਪੇਪਰ ਚ ਆਉਂਿਆ ਸੀ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਨਾ ਸੋ ਵਿੱਚ ਵਿੱਚ ਇਸ ਤਰੀਕੇ ਦੇ ਵੀ ਕੁਐਸਚਨ ਆਉਂਦੇ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਇਹਦਾ ਕੁਐਸ ਨੌਲੇਜ ਤੋਂ ਬਾਹਰੋਂ ਕਦੇ ਵੀ ਕੁਐਸਚਨ ਨਹੀਂ ਬਣਦਾ ਹੁੰਦਾ ਹਮੇਸ਼ਾ ਹੀ ਨੌਲੇਜ ਦੇ ਵਿੱਚੋਂ ਕੁਐਸਚਨ ਬਣਨਾ ਸੋ ਨੌਲੇਜ ਦੇ ਵਿੱਚੋਂ ਬਣਿਆ ਹੋਇਆ ਕੁਐਸਚਨ ਹੈ ਏ ਬੀ ਸੀ ਡੀ ਚਾਰ ਆਪਸ਼ਨ ਨੇ ਸਰ ਸਾਰੇ ਦੇ ਸਾਰੇ ਸਹੀ ਨੇ ਆਪਸ਼ਨ ਨੰਬਰ ਈ ਹੁਣ ਬਾਲੇ ਬੱਚਿਆਂ ਨੇ ਸੀ ਲਿਆ ਬਾਲੇ ਬੱਚਿਆਂ ਨੇ ਸੀ ਲਿਆ ਕੋਈ ਚੱਕਰ ਨਹੀਂ ਸਿੱਖਣ ਆਇਓ ਸਿੱਖਦੇ ਰਹੋਗੇ ਤਾਂ ਬਹੁਤ ਚੀਜ਼ਾਂ ਸਾਨੂੰ ਨਵੀਆਂ ਪਤਾ ਲੱਗਣਗੀਆਂ ਸੋ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਕਹਿੰਦੇ ਤਿੰਨੋਂ ਸਟੇਟਮੈਂਟਾਂ ਸਹੀ ਹੈ ਭਾਈ ਇਹ ਕਦੋਂ ਡਿਕਲੇਅਰ ਕੀਤਾ ਗਿਆ ਸੀ ਕੇਸ਼ਵ ਪਰਮਿਆਨੀ 2002 ਦੇ ਵਿੱਚ ਠੀਕ ਹੈ ਜੀ ਠੀਕ ਹੈ ਕੇਸ਼ੋਪੁਰ ਨੇ ਉਹ ਕਾਂਜਲੀ ਸੀਗਾ ਨਾ ਇਹ 2019 ਚ ਹੋਇਆ ਹੋਣੇ 2019 ਦੇ ਵਿੱਚ ਆ 2019 ਦੇ ਵਿੱਚ 2019 ਵਿੱਚ ਨੈਚੁਰਲ ਤੇ ਗੁਰਦਾਸਪੁਰ ਦੇ ਵਿੱਚ ਬਿਲਕੁਲ ਸਹੀ ਹੈ ਜੀ ਚਲੋ ਅਗਲਾ ਕੁਐਸਚਨ ਗਲਤ ਹੋ ਗਿਆ ਮੈਂ ਹੀ ਗਲਤ ਕਰ ਗਿਆ ਹਾਂ ਜੀ ਨੈਚੁਰਲ ਵੈਟਲੈਂਡ ਇਹ ਪੜਾਇਆ ਸੀਗਾ ਮੈਂ ਪੇੜ ਦੇ ਵਿੱਚ ਚਲੋ ਜੀ ਦੇਖੋਗੇ ਨਹੀਂ ਨਹੀਂ 2022 ਨਹੀਂ 2019 ਸੀਗਾ 2022 ਵਿੱਚ ਕਾਂਜਲੀ ਤੇ ਰੂਪਨਗਰ ਦੋਸੇ ਕਰੋ ਪਰ ਜਿਹਨੂੰ ਸਿਕਾ ਦਿੰਦੇ ਆ ਥੋੜਾ ਮੈਂ ਹੀ ਮਿਸਟੇਕ ਕਰ ਗਿਆ ਸੋ ਚਲੋ ਵਿਚ ਆਫ தி ਵਿਚ ਆਫ ਥੀਸ ਇਜ਼ ਨਾਟ ਅ ਸਟੇਟ ਵੈਟਲੈਂਡ ਹੇਠ ਲਿਖਿਆਂ ਵਿੱਚੋਂ ਕਿਹੜਾ ਸਟੇਟ ਵੈਟਲੈਂਡ ਨਹੀਂ ਹੈ ਹੁਣ ਜਿਹੜੇ ਵੈਟਲੈਂਡ ਹੁੰਦੇ ਆ ਨਾ ਉਹ ਕਿਹੜੇ-ਕਿਹੜੇ ਹੁੰਦੇ ਆ ਦੇਖੋ ਵੈਟਲੈਂਡ ਕਿਹੜੇ-ਕਿਹੜੇ ਹੁੰਦੇ ਆ ਪਹਿਲੀ ਗੱਲ ਵੈਟਲੈਂਡ ਕੀ ਹੁੰਦਾ ਜਿੱਥੇ ਪਾਣੀ ਤੇ ਦਰਖਤ ਪਾਏ ਜਾਂਦੇ ਨੇ ਜਿਵੇਂ ਅਕਸਰ ਤੁਸੀਂ ਗੱਲ ਕਰਦੇ ਹੋ ਰੋਡ ਤੇ ਜਾਂਦੇ ਹੋ ਆਪਾਂ ਸਾਈਡਾਂ ਤੇ ਦੇਖੀਦਾ ਦਰਖਤ ਖੜੇ ਹੁੰਦੇ ਨੇ ਵਿੱਚ ਪਾਣੀ ਹੁੰਦਾ ਵਿੱਚ ਘਾਹ ਵੀ ਹੁੰਦਾ ਛੋਟੇ ਛੋਟੇ ਜੀਵ ਜੰਤੂ ਵੀ ਪਾਲਦੇ ਹੁੰਦੇ ਨੇ ਉਸ ਏਰੀਆ ਨੂੰ ਸੀ ਵੈਟਲੈਂਡ ਦੀ ਐਗਜ਼ਾਮਪਲ ਵਜੋਂ ਕੰਸਿਡਰ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਸੋ ਕਲੀਅਰ ਹੋ ਗਿਆ ਹਾਂਜੀ ਹੋ ਗਿਆ ਸੋ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਸਟੇਟ ਵੈਟਲੈਂਡ ਨਹੀਂ ਹੈਗਾ ਸਾਰੇ ਕੋਲ ਵੈਟਲੈਂਡ ਕਿਹੜੇ ਕਿਹੜੇ ਹੁੰਦੇ ਆ ਇੱਕ ਤਾਂ ਰਾਮਸਰ ਸਾਈਟਾਂ ਜਿਹੜੇ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਇੰ ਦੂਜੇ ਨੰਬਰ ਤੇ ਨੈਸ਼ਨਲ ਇੰਪੋਰਟੈਂਸ ਵਾਲੇ ਜਿਨ੍ਹਾਂ ਦੀ ਕਦਰ ਦੇਸ਼ ਲੈਵਲ ਤੇ ਹੁੰਦੀ ਆ ਤੀਜੇ ਨੰਬਰ ਤੇ ਸਟੇਟ ਲੈਵਲ ਵਾਲੇ ਐਂਡ ਚੌਥੇ ਲੈਵਲ ਤੇ ਅਦਰ ਅਦਰ ਹੁਣ ਆਪਣੇ ਪੰਜਾਬ ਦੇ ਵਿੱਚ ਟੋਟਲ 24 ਵੈਟਲੈਂਡ ਆ ਕਿੰਨੇ ਆ ਸਰ 24 ਇਹਨਾਂ 24 ਵਿੱਚੋਂ 6 ਹੈਗੀਆਂ ਰਾਮਸਰ ਸਾਈਟਾਂ ਇੱਕ ਹੈਗੀ ਨੈਸ਼ਨਲ ਵਾਲੀ 5 ਹੈਗੀਆਂ ਸਟੇਟ ਵਾਲੀਆਂ ਤੇ ਬਾਕੀ ਬਚ ਗਏ 12 ਉਹ ਹੈਗੇ ਅਦਰ ਵਾਲੇ ਸੋ ਜਦੋਂ ਅਸੀਂ ਜੋੜਾਂਗੇ ਟੋਟਲ 24 ਬਣਦੇ ਆ ਯਾਦ ਰੱਖਿਓ ਇਹ ਵਾਲੀ ਗੱਲ ਨਵੀਂ ਇਨਫੋਰਮੇਸ਼ਨ ਹਾਂਜੀ ਕਿਹਨੂ-ਕਿਹਨੂ ਪਤਾ ਲੱਗਿਆ ਵਾਲੀ ਕਿੰਨ ਕਿੰਨੇ ਨੋਟ ਕਰ ਲਈ ਵੀ 24 ਵਿੱਚੋਂ 5 ਰਾਮਸਰ ਸਾਈਟਾਂ ਇੱਕ ਨੈਸ਼ਨਲ ਵਾਲੀ ਆ 5 ਸਟੇਟ ਵਾਲੇ ਆ ਤੇ ਬਾਕੀ ਅਦਰਸ ਨੇ ਹੁਣ ਇਹਨਾਂ ਵਿੱਚੋਂ ਕਹਿੰਦੇ ਕਿਹੜਾ ਸਟੇਟ ਵਾਲਾ ਨਹੀਂ ਹੈ ਰਣਜੀਤ ਸਾਗਰ ਜਿਹੜਾ ਵੈਟਲੈਂਡ ਹੈ ਇੱਕੋ ਇੱਕ ਏਦਾਂ ਦਾ ਹੈ ਜਿਹੜਾ ਸਾਡੇ ਕੋਲੇ ਨੈਸ਼ਨਲ ਲੈਵਲ ਦਾ ਹੈ ਹੁਣ ਇੱਕ ਗੱਲ ਤੁਹਾਨੂੰ ਪਤਾ ਹੋਰ ਕੈਂਟ ਪਤਾ ਕਿਹੜੀ ਹੋ ਗਈ ਹੋ ਇਹ ਹੋ ਗਈ ਆ ਵੀ ਜਿਹੜੇ 6 ਆ ਉਹ ਕਿਹੜੇ ਕਿਹੜੇ ਦੇਖੋ ਆਮ ਸਰ ਸਾਈਟਾਂ 6 ਕਿਹੜੀਆਂ ਸਰ ਸਾਨੂੰ ਪਤਾ ਜੀ ਤੁਸੀਂ ਪੜਾਇਆ 1990 ਵਿੱਚ ਡਿਸਾਈਡ ਕੀਤੀ ਗਈ ਹੈ ਧਿਆਨ ਨਾਲ ਸੁਣੋ ਨੋਟ ਕਰ ਲਿਓ ਇਹ ਮੈਂ ਤੁਹਾਡੇ ਯਾਦ ਕਰਾ ਦੇਣਾ ਦੇਖੋ ਹੁਣ ਇਹਨਾਂ ਵਿੱਚੋਂ ਅੱਧੇ ਤਾਂ ਚਲੋ ਜੀ 6 ਅਸੀਂ 1990 ਵਿੱਚ ਪਹਿਲੀ ਹੋਈ ਸੀਗੀ ਇਹਨਾਂ 6 ਵਿੱਚੋਂ 2002 ਦੇ ਵਿੱਚ ਦੂਜੀ ਹੋਈ ਸੀਗੀ ਤੇ 2002 ਦੇ ਵਿੱਚ ਹੀ ਤੀਜੀ ਹੋਈ ਸੀਗੀ ਇਹ ਦੋ ਇਕੱਠੀਆਂ ਹੋਈਆਂ ਸੀਗੀਆਂ ਤੇ 2019 ਦੇ ਵਿੱਚ ਤਿੰਨ ਹੋਈਆਂ ਸੀਗੀਆਂ ਹੁਣ ਇਹ 6 ਸਾਨੂੰ ਯਾਦ ਆ ਸਰ ਹਾਂਜੀ ਹਰੀਕੇ ਰੋਪੜ ਕਾਂਜਲੀ ਆਪਣੇ ਕੋਲੇ ਹੋ ਗਿਆ ਜੀ ਨੰਗਲ ਬਿਆਸ ਤੇ ਕੇਸ਼ੋਪਰ ਹੁਣੇ ਅਸੀਂ ਪੜ ਲਿਆ ਇਹ ਹੋ ਗਿਆ ਠੀਕ ਆ ਜੀ ਇੱਕ ਆ ਵੀ ਹੋ ਗਿਆ ਸਰ ਹਾਂਜੀ ਹੋ ਗਿਆ ਸੋ ਕਿੰਨੇ ਹੋਗਾ 7 ਹੋਗਾ ਤਿੰਨ ਸਟੇਟਾਂ ਵਾਲੇ ਆ ਹੋ ਗਿਆ ਜਸਲ ਜਸਤਲਵਾਲ ਕਾਨੂੰਵਾਲ ਤੇ ਮੰਡ ਇਹ ਤਿੰਨ ਸਟੇਟਾਂ ਵਾਲੇ ਹੋਗਾ ਮਤਲਬ ਕੀ ਮੇਰੇ ਕੋਲੇ 10 ਯਾਦ ਹੋ ਚੁੱਕੇ ਨੇ ਦੇਖੋ ਕਿੰਨਾ ਵਧੀਆ ਤਰੀਕਾ 10 ਯਾਦ ਹੋ ਗਏ ਆ ਬਾਕੀ ਵੀ ਅਗਲੀ ਕਲਾਸ ਜੇ ਦੀ ਕਰ ਲਾਂਗੇ ਸੋ ਜੇ ਹੋ ਗਿਆ ਯਸ ਸਰ ਲਿਖੋ ਹੋ ਗਿਆ ਤਾਂ ਯੈਸ ਸਰ ਲਿਖ ਦੋ ਇਹ ਪੇਪਰ ਚ ਆਉਣਾ ਆ ਡਿਟੇਲ ਚ ਮੈਂ ਚੀਜ਼ਾਂ ਦੱਸ ਦੇਣਾ ਹੁਣਾ ਤਾਂ ਕਿ ਗਲਤੀ ਨਾ ਹੋਵੇ ਜੀ ਕਿਉਂਕਿ ਜੇ ਤੁਸੀਂ ਸੋਚਿਆ ਨਾ ਵੀ ਸਿਲੈਕਸ਼ਨ ਲੈਣੀ ਆ ਤੇ ਨਵਾਂ ਸਾਲ ਸੀਗਾ ਬਾਬੇ ਘਰੇ ਜਾ ਕੇ ਆ ਮੈਂ ਕੱਲ ਹੀ ਹਜੇ ਸੋਚਿਆ ਮੈਂ ਵੀ ਇਹੀ ਆ ਵਿਅਕਤੀ ਬੱਚਿਆਂ ਨੂੰ ਸਿਲੈਕਸ਼ਨ ਦਿਵਾਉਣੀ ਆ ਪੂਰੀਆਂ ਨੂੰ ਕਿਹੜਾ ਮਨ ਬਣਾ ਕੇ ਆਏ ਹੋਇਆ ਜੋ ਮਰਜ਼ੀ ਹੋ ਜਾ ਤੁਸੀਂ ਦੇਖਿਓ ਸਹੀ ਹੁਣਾ ਆਉਣ ਵਾਲੇ ਦਿਨਾਂ ਚ ਬਣਦਾ ਕੀ ਆ ਥੋੜਾ ਜਿਹਾ ਇਦਾਂ ਦੀਆਂ ਚੀਜ਼ਾਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਲੈ ਕੇ ਆਉਂਗਾ ਕਿ ਪੰਜਾਬ ਦਾ ਹਰੇਕ ਨਾਗਰਿਕ ਚਾਹੇ ਉਹ ਸਰਕਾਰੀ ਪੇਪਰ ਦੀ ਤਿਆਰੀ ਕਰਦਾ ਚਾਹੇ ਨਹੀਂ ਕਰਦਾ ਉਹਨੂੰ ਨੌਲੇਜ ਹੋਵੇ ਉਹ ਐਜੂਕੇਟਿਡ ਹੋਵੇ ਉਹਨੂੰ ਜੇ ਕੋਈ ਉਹਨਾਂ ਨਾਲ ਗੱਲ ਕਰੇ ਨਾ ਵੀ ਇਦਾਂ ਹੋਇਆ ਉਹਨੂੰ ਪਤਾ ਹੋਵੇ ਹਾਂ ਵੀ ਇਦਾਂ ਹੋਇਆ ਸਿਕਾ ਸਾਰੀ ਡਿਟੇਲ ਮਿੰਟ ਚ ਖਿਲਾਰ ਕੇ ਰੱਖ ਦੇਵੇ ਸੋ ਇਦਾਂ ਦੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਉਣੀਆਂ ਨੇ ਕਹਿੰਦੇ ਐਸ ਪਰ ਦਾ ਸ਼ੇਅਰ ਆਫ ਮਾਈਗ੍ਰੈਂਟਸ ਇਨ ਦਾ ਸਟੇਟ ਜੇ ਆਪਾਂ ਸੂਬੇ ਵਿੱਚ ਪ੍ਰਵਾਸੀਆਂ ਦੇ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਪੰਜਾਬ ਕਿਸ ਦੇ ਦਰਜੇ ਤੇ ਆਉਂਦਾ ਹੈ 8ਵੇਂ ਨੰਬਰ ਤੇ ਆਉਂਦਾ ਹੈ ਪੰਜਾਬ ਸੋ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਬੱਚੇ 7ਵੇਂ ਤੇ ਨਹੀਂ 8ਵੇਂ ਤੇ ਆਉਂਦਾ ਹੈ ਜੀ ਠੀਕ ਹੈ ਚਲੋ ਇਹਦੀ ਡਿਟੇਲ ਮੈਂ ਕਰਾ ਦੂੰਗਾ ਇਹਦੀ ਡਿਟੇਲ ਮੈਂ ਕਰਾ ਦੂੰਗਾ ਸੋ 8ਵੇਂ ਨੰਬਰ ਤੇ ਆਉਂਦਾ ਯਸਰ ਆਉਂਦਾ ਅਗਲਾ ਕੁਐਸਚਨ ਸਾਡੇ ਕੋਲ ਦੇਖੋ ਕਹਿੰਦੇ ਕਿਹੜਾ ਆ ਵਿੱਚ ਟਾਊਨ ਇਨ ਦਾ ਵੈਸਟ ਪੰਜਾਬ ਇਜ਼ ਨੀਅਰੈਸਟ ਟੂ ਦਾ ਪਾਕਿਸਤਾਨ ਬਾਰਡਰ ਦੇਖੋ ਜੀ A, B, C, D, J, आ, ए बी सी डी चार ऑप्शन है ध्यान आना पड़ो केदा 88 सही ਸੀਗਾ ਬਹੁਤ ਘੱਟ ਬਚਦਾ ਸੀਗਾ ਲੇਕਿਨ ਕੋਈ ਚੱਕਰ ਨਹੀਂ ਅੱਜ ਗਲਤ ਆ ਤੇ ਕੱਲ ਨੂੰ ਸਹੀ ਜ਼ਰੂਰ ਹੋਊਗਾ ਜੀ ਫਿਰੋਜ਼ ਇਹ ਪੱਛਮੀ ਆਈ ਡੋਟ ਨੋ ਈਸਟ ਪੰਜਾਬ ਹੋਣਾ ਸੀਗਾ ਪਤਾ ਨਹੀਂ ਕਿਉਂ ਇਹਨਾਂ ਨੇ ਗਲਤ ਪਾਇਆ ਪੂਰਬੀ ਪੰਜਾਬ ਆਊਗਾ ਬੱਚੇ ਗਲਤ ਲਿਖਿਆ ਥੋੜਾ ਪੱਛਮੀ ਨਹੀਂ ਪੂਰਬੀ ਆਊਗਾ ਜੀ ਸੋ ਆਪਸ਼ਨ ਨੰਬਰ ਅ ਬੀ ਇਜ਼ ਦਾ ਕਰੈਕਟ ਆਨਸਰ ਆਨਸਰ ਤੁਹਾਡਾ ਬਿਲਕੁਲ ਸਹੀ ਆ ਪਰ ਥੋੜਾ ਜਿਹਾ ਉਹ ਟਾਈਪਿੰਗ ਮਿਸਟੇਕ ਸੀ ਗਿਆ ਪੂਰਬੀ ਪੰਜਾਬ ਆਊਗਾ ਨਾ ਕਿ ਪੱਛਮੀ ਪੰਜਾਬ ਆਊਗਾ ਧਿਆਨ ਰੱਖਿਓ ਲੋ ਜੀ ਆ ਦੇਖੋ ਫਿਰੋਜ਼ਪੁਰ ਬਿਲਕੁਲ ਨੇੜੇ ਆ ਸਾਡੇ ਕੋਲੇ ਤਰਨਤਨ ਸਾਹਿਬ ਵੀ ਦੂਰ ਅਮਰitsar ਸਾਹਿਬ ਵੀ ਦੂਰ ਆ ਲੇਕਿਨ ਇਹ ਸਾਡੇ ਕੋਲੇ ਬਹੁਤ ਹੀ ਨੇੜੇ ਹੈ ਜੀ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ which of these is not a measure of x2 conservation ਇੱਥੇ ਲੇ ਕੇ ਵਿੱਚੋਂ ਕਿਹੜਾ x2 ਕਨਜ਼ਰਵੇਸ਼ਨ ਨਹੀਂ ਹੈ ਹੁਣ ਹੁੰਦਾ ਕਿ x2 ਕਨਜ਼ਰਵੇਸ਼ਨ ਬੜੇ ਹੀ ਧਿਆਨ ਨਾਲ ਚੀਜ਼ ਦੱਸੂਗਾ ਨੋਟ ਕਰ ਲਿਓ ਜੇ ਪਤਾ ਹੋਈ ਤਾਂ ਬਾਅਦ ਚ ਜੇ ਯਸਰ ਪਤਾ ਸੀ ਵੀ ਨਹੀਂ ਪਤਾ ਤਾਂ ਵੀ ਲਿਖ ਦਿਓ ਸਰਨਮੀ ਗੱਲ ਸੀ। ਕਿਹਾ ਦੇਖੋ ਕਹਿੰਦੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਮੰਨ ਲਓ ਕੋਈ ਬੰਦਾ ਬਿਮਾਰਾ ਕੀ ਕਰੀਦਾ ਆਪਾਂ ਉਹਨੂੰ ਕੀ ਕਰੀਦਾ ਦੋ ਕੰਮ ਕਰੀਦੇ ਆ ਜਾਂ ਤਾਂ ਡਾਕਟਰ ਨੂੰ ਘਰੇ ਸੱਦ ਲਈਦਾ ਵੀ ਡਾਕਟਰ ਸਾਹਿਬ ਆਇਓ ਚੈੱਕ ਕਰ ਜਿਓ ਜਾਂ ਫਿਰ ਉਹਨੂੰ ਆਪਾਂ ਹਸਪਤਾਲ ਲੈ ਜੀਦਾ ਹਨਾ ਹਸਪਤਾਲ ਲੈ ਜੀਦਾ ਦੋ ਹੀ ਕੰਮ ਕਰਦੇ ਹੁੰਦੇ ਆਪਾਂ ਹੁਣ ਜਦੋਂ ਕੋਈ ਜੰਗਲ ਜੰਗਲੀ ਜੀਵ ਜੰਗਲੀ ਜੀਵ ਜਾਂ ਉਥੋਂ ਦੇ ਰਹਿਣ ਵਾਲੇ ਦਰਖਤ ਪੌਦੇ ਜੀਵ ਜੰਤੂ ਜੋ ਵੀ ਜਦੋਂ ਉਹ ਵੀ ਬਿਮਾਰ ਹੋ ਜਾਂਦੇ ਆ ਮਤਲਬ ਖਤਰੇ 'ਚ ਆ ਜਾਂਦੇ ਆ ਉਹਨਾਂ ਉੱਤੇ ਖਤਰਾ ਮੰਡਰਾ ਰਿਹਾ ਆ ਉਹਨੂੰ ਠੀਕ ਕਰਨ ਦੇ ਲਈ ਵੀ ਡਾਕਟਰ ਕੋਲ ਲੈ ਕੇ ਜਾਈਦਾ ਹੁਣ ਜਿਹਦਾ ਡਾਕਟਰ ਆਪ ਉਹਦੇ ਘਰੇ ਬੁਲਾ ਲਿਆ ਜੰਗਲ ਦੇ ਵਿੱਚ ਹੀ ਬੁਲਾ ਲਿਆ ਉਹਨੂੰ ਅਸੀਂ ਕੀ ਕਹਾਂਗੇ ਇਨ ਸਿਟੂ ਵੀ ਭਾਈ ਉਹਨੂੰ ਅਸੀਂ ਇਨ ਦੇ ਵਿੱਚ ਹੀ ਬੁਲਾ ਲਿਆ ਉੱਥੇ ਠੀਕ ਕਰਦਾਂਗੇ ਜੀ ਉਸ ਜਾਨਵਰ ਨੂੰ ਚੱਕ ਕੇ ਕਿਸੇ ਲੈਬ ਦੇ ਵਿੱਚ ਲੈ ਗਏ ਆ ਜਾਂ ਕਿਸੇ ਚਿੜੀਆ ਘਰ ਦੇ ਵਿੱਚ ਲੈ ਗਏ ਫਿਰ ਆਪਾਂ ਕੀ ਕਹਾਂਗੇ ਐਕਸ ਤੂੰ ਵੀ ਉਹਨੂੰ ਚੱਕ ਕੇ ਉੱਥੋਂ ਅਸੀਂ ਦੂਜੀ ਜਗ੍ਹਾ ਲੈ ਗਏ ਹੁਣ ਤੁਸੀਂ ਦੇਖੋ ਇਹਨਾਂ ਵਿੱਚੋਂ ਘਰ ਕਿੱਥੇ ਆ ਜੂਲੋਜ ਜੀਓਲੋਜੀਕਲ ਪਾਰਕ ਕੀ ਹੁੰਦੇ ਆ ਜਿਹੜੇ ਅਸੀਂ ਬਾਹਰ ਬਣਦੇ ਹੁੰਦੇ ਆ ਜ਼ੂ ਜੰਗਲ ਸੁਰੰਦੇ ਜ਼ੂ ਤਾਂ ਆਪਾਂ ਸਪੈਸ਼ਲ ਬਣਾਇਦੇ ਆ ਬਟੋਨਿਕਲ ਗਾਰਡਨ ਹੋ ਗਿਆ ਵਾਈਲਡ ਲਾਈਫ ਸੈਂਚਰੀਜ਼ ਹੋ ਗਈਆਂ ਤਾਂ ਜਾਫਰੀਨਾਂ ਵਿੱਚੋਂ ਕੋਈ ਵੀ ਨਹੀਂ ਦੇਖੋ ਵਾਈਲਡ ਲਾਈਫ ਸੈਂਚਰੀਆਂ ਹਮੇਸ਼ਾ ਹੀ ਜੰਗਲ ਦੇ ਵਿੱਚ ਹੀ ਬਣਦੀਆਂ ਨੇ ਸੋਨੇ ਕੀ ਪੁੱਛਿਆ ਨਾਟ ਨਹੀਂ ਹੈ ਜ਼ੂਲੋਜੀਕਲ ਪਾਰਕ ਵੀ ਐਕਜ਼ੀਟੂ ਹੈ ਬਟੋਨਿਕਲ ਗਾਰਡਨ ਵੀ ਐਕਜ਼ੀਟੂ ਹੈ ਤੇ ਲੇਕਿਨ ਵਾਈਲਡ ਲਾਈਫ ਸੈਂਚਰੀ ਕਿਹ ਰਹੀ ਆ ਉਹਦੇ ਘਰ ਹੀ ਠੀਕ ਕਰਨ ਜਾਈਦਾ ਆਪਾਂ ਸੋ অপਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਸਮਝੇ ਗੱਲ ਨੂੰ ਨਾਟ ਨਹੀਂ ਤੁਸੀਂ ਪੜਿਆ ਮੈਨੂੰ ਪਤਾ ਸੋ ਇਹ ਦੱਸੋ ਵੀ ਕਿਹਨੂੰ ਆਹ ਕਨਸੈਪਟ ਸਮਝ ਲੱਗਾ ਬੰਦਾ ਬਿਮਾਰ ਡਾਕਟਰ ਘਰ ਬੁਲਾ ਲਿਆ ਮਤਲਬ ਘਰੇ ਇਨ ਸੱਦ ਲਿਆ ਘਰ ਦੇ ਇਨ ਸੱਦ ਲਿਆ ਸੋ ਇਨ ਸਿਟੂ ਤੇ ਡਾਕਟਰ ਜੇ ਸੀ ਹਸਪਤਾਲ ਚਲੇ ਗਏ ਤਾਂ ਫਿਰ ਐਕਸ ਸਿਟੂ ਬਾਹਰ ਲੈ ਗਏ ਬੰਦੇ ਨੂੰ ਸੇਮ ਕਨਸੈਪਟ ਇੱਥੇ ਲਾਗਿਆ ਜੇ ਸੀ ਜੰਗਲ ਵਾਲੀ ਜਗ੍ਹਾ ਦੇ ਵਿੱਚ ਇਹਨੂੰ ਠੀਕ ਕਰਨ ਲੱਗ ਪਏ ਤਾਂ ਉਹ ਇਨ ਸਿਟੂ ਮਤਲਬ ਵਾਈਲਡ ਲਾਈਫ ਸੈਂਚਰੀ ਜੇ ਸੀ ਹੁਣ ਦੇਖੋ ਜਿਹੜੇ ਜ਼ੂ ਹੁੰਦੇ ਉਹ ਜੰਗਲ 'ਚ ਨਹੀਂ ਬਣਦੇ ਆਪ ਬਣਾਏ ਜਾਂਦੇ ਜ਼ੂ ਉੱਥੇ ਸ਼ੇਰ ਪਿੰਜਰਾਂ 'ਚ ਰੱਖੇ ਜਾਂਦੇ ਆ ਵਾਈਲਡ ਲਾਈਫ ਸੈਂਚਰੀ ਵਿੱਚ ਜਿਹੜੇ ਜੰਗਲਾਂ ਦੇ ਵਿੱਚ ਜਿਹੜੇ ਹੁੰਦੇ ਉਹ ਨਹੀਂ ਰੱਖੇ ਜਾਂਦੇ ਤੇ ਠੀਕ ਹੈ ਜੀ ਚਲ ਸ਼ਰਮਾ ਜੀ ਮੈਂ ਅੱਜ ਹੀ ਮੈਨੂੰ ਪਤਾ ਲੱਗਾ ਇਹਦੇ ਬਾਰੇ ਮੈਂ ਇੱਥੇ ਜ਼ਰੂਰ ਸੈਸ਼ਨ ਲੈ ਕੇ ਆਉਂਗਾ ਜੀ ਡਰਾਈਵਰਾਂ ਵਾਲਾ ਜਿਹੜਾ ਸੀਗਾ ਉੱਤੇ ਆਪਾਂ ਕਾਨੂੰਨ ਤੇ ਜ਼ਰੂਰ ਚਰਚਾ ਕਰਾਂਗੇ ਲੋ ਜੀ ਅਗਲਾ ਕੁਐਸਚਨ ਦੇਖੋ ਸਾਡੇ ਕੋਲ ਕਿਹੜਾ ਆ ਕਹਿੰਦੇ ਹੇਠ ਲਿਖਿਆਂ ਵਿੱਚੋਂ ਸਾਡੇ ਕੋਲ ਚਾਰ ਕਿਤਾਬਾਂ ਨੇ ਤੇ ਚਾਰ ਹੀ ਰਾਈਟਰ ਨੇ ਤੁਸੀਂ ਕੀ ਕਰਨਾ ਹੈ ਦੱਸਣਾ ਵੀ ਕਿਹੜਾ ਰਾਈਟਰ ਕਿਹਦੇ ਨਾਲ ਸਬੰਧਿਤ ਹੈ ਸ਼ਾਬਾਸ਼ ਕਰੋ ਆਨਸਰ ਕਿਹੜਾ ਰਾਈਟਰ ਕਿਹਦੇ ਨਾਲ ਸਬੰਧਿਤ ਹੈ ਦੇਖੋ ਇਹ ਕੁਐਸਚਨ ਜਿਹੜਾ ਪਿਛਲਾ ਕੁਐਸਚਨ ਆ ਉਹ ਕਿਹਨੂੰ ਕਿਹਨੂੰ ਸਮਝ ਲੱਗਾ ਪਹਿਲਾਂ ਇਹ ਦੱਸੋ ਆਹ ਕੁਸ਼ਣ ਕਿ ਇਹਨੂੰ ਇਹਨੂੰ ਸਮਝ ਲੱਗਾ ਜੇ ਨਹੀਂ ਸਮਝ ਪਹਿਲਾਂ ਹੈਂਡ ਰੇਜ਼ ਕਰੋ ਜਿਹਨੂੰ ਸਮਝ ਲੱਗਾ ਫਿਰ ਉਹ ਵਾਲੇ ਬੱਚੇ ਕਰੋ ਜਿਹਨਾਂ ਨੂੰ ਨਹੀਂ ਸਮਝ ਲੱਗਾ ਤੇ ਜੇ ਸਮਝ ਨਹੀਂ ਲੱਗਾ ਕਮੈਂਟ ਬਾਕਸ ਵੀ ਕਰ ਸਕਦੇ ਜਿਹੜੇ ਬੱਚੇ ਰਿਕਾਰਡਰ ਦੇਖਦੇ ਨੇ ਇਹਨੂੰ ਮੈਂ ਦੁਬਾਰਾ ਤੋਂ ਕੱਲ ਨੂੰ ਵਿਦ ਪਿਕਚਰਜ਼ ਸਾਰਾ ਕੁਝ ਡਿਟੇਲ ਚ ਲੈ ਕੇ ਆਉਂਗਾ ਠੀਕ ਹੈ ਜੀ ਵਿਦ ਪਿਕਚਰਜ਼ ਸਾਰਾ ਕੁਝ ਡਿਟੇਲ ਚ ਲੈ ਕੇ ਆਉਂਗਾ ਜੇ ਕਲੀਅਰ ਨਹੀਂ ਹੋਇਆ ਹੋਊਗਾ ਤਾਂ ਲੋ ਜੀ ਆਨਸਰ ਦੇਖੋ ਕਹਿੰਦੇ ਇਹਨਾਂ ਵਿੱਚੋਂ ਗੁਲਾਬ ਦੇ ਫੁੱਲ ਦੀ ਗੱਲ ਕਰੀ ਤਾਂ ਇਹ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਕਿਹਨਾਂ ਦੀ ਹੈ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਉਕੇ ਦਿੱਲੀ ਦੀਆਂ ਗਲੀਆਂ ਸਾਰੇ ਅਮਰਤਾ ਪ੍ਰੀਤਮ ਦੀਆਂ ਮੰਨ ਲਓ ਮੈਨੂੰ ਦੋ ਪਤਾ ਮੈਂ ਮੰਨ ਕੇ ਚੱਲਦਾ ਮੈਨੂੰ ਬਾਕੀ ਨਹੀਂ ਪਤਾ ਮੈਨੂੰ ਦੋ ਪਤਾ ਠੀਕ ਹੈ ਸੋ ਹਾਲਾਂਕਿ ਜਪਜੀ ਸਾਹਿਬ ਦੀ ਗੱਲ ਕਰੀ ਸਾਨੂੰ ਪਤਾ ਗੁਰੂ ਨਾਨਕ ਦੇਵ ਜੀ ਚਲੋ ਮੈਂ ਦੋ ਮੰਨ ਕੇ ਚੱਲਦਾ ਕਿ ਮੈਨੂੰ ਦੋ ਪਤਾ ਆ ਇਹ ਕਰਨਾ ਕਿੱਦਾਂ ਆ ਕਹਿੰਦੇ ਜੀ ਮੈਂ ਦੇਖਾਂ ਤੀਜੇ ਦਾ ਆਪਸ਼ਨ ਏ ਆ ਰਿਹਾ ਸੋ ਤੀਜੇ ਦਾ ਏ ਕਿੱਥੇ ਕਿੱਥੇ ਆ ਇੱਕ ਤਾਂ ਤੀਜੇ ਦਾ ਏ ਏ ਦੇ ਵਿੱਚ ਆ ਇੱਕ ਤੀਜੇ ਦਾ ਏ ਹੋਰ ਕਿਤੇ ਵੀ ਹੈ ਨਹੀਂ ਲੋ ਜੀ ਹੋਰ ਕਿਤੇ ਵੀ ਹੈ ਨਹੀਂਗਾ ਦੱਸੋ ਚਲੋ ਮੈਂ ਕਨਫਰਮ ਕਰਕੇ ਦੇਖਦਾ ਵੀ ਚੌਥੇ ਦਾ ਚੌਥਾ ਕਿੱਥੇ ਆ ਰਿਹਾ ਆ ਚੌਥੇ ਦਾ ਚੌਥਾ ਇੱਥੇ ਆ ਰਿਹਾ ਆ ਚੌਥੇ ਦਾ ਡੀ ਇੱਥੇ ਆ ਰਿਹਾ ਆ ਹੋਰ ਕਿਤੇ ਵੀ ਨਹੀਂ ਆ ਰਿਹਾ ਮਤਲਬ ਕਨਫਰਮ ਹੈ ਜਾਂ ਤਾਂ ਏ ਆਨਸਰ ਹੋਊਗਾ ਜਾਂ ਬੀ ਹੋਊਗਾ ਵੈਸੇ ਮੈਨੂੰ ਪਹਿਲੇ ਤੋਂ ਪਤਾ ਲੱਗ ਗਿਆ ਕਿ ਆਨਸਰ ਕੀ ਹੋਣਾ ਸਰ ਆਨਸਰ ਆਉਣਾ ਸਾਡੇ ਕੋਲੇ অপਸ਼ਨ ਨੰਬਰ ਏ ਇਹਨੂੰ ਕਹਿੰਦੇ ਆ ਸਮਾਰਟ ਵਰਕ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਲਈਏ ਸ਼ਾਹ ਹੁਸੈਨ ਦੀ ਗੱਲ ਕਰ ਲਈਏ ਤੁਹਾਨੂੰ ਸਾਰੇ ਪਤਾ ਹੋਣਗੇ ਨੂੰ ਡਾਊਟ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਆ ਵੀ ਜਦੋਂ ਪੇਪਰ 'ਚ ਬੈਠੇ ਹੋਈਏ ਜੇ ਤੁਹਾਨੂੰ ਇੱਕ ਵੀ ਪ ਤਾਂ ਤੁਸੀਂ ਇੱਕ ਵੀ ਪੁਆਇੰਟ ਤੋਂ ਆਪ ਦਾ ਆਨਸਰ ਸਹੀ ਕਰ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਅਸੀਂ ਕਹਿੰਦੇ ਆ ਇਲੀਮੀਨੇਸ਼ਨ ਮੈਥਡਸ ਨੂੰ ਆਨਸਰ ਆਪਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਨਜ਼ਾਰਾ ਆ ਗਿਆ ਦੱਸੋ ਸਾਰੇ ਪਤਾ ਸੀ ਪਰ ਪੇਪਰ 'ਚ ਜੇ ਮੰਨ ਲਓ ਇੱਕ ਪਤਾ ਹੋਵੇ ਉਹਨੂੰ ਕਿਵੇਂ ਯੂਜ਼ ਕਰਨਾ ਇਸ ਤਰੀਕੇ ਨਾਲ ਯੈਸ ਸਰ ਲਿਖ ਦਿਓ ਸਾਰੇ ਕਲੀਅਰ ਤਾਂ ਇੱਕ ਵਾਰ ਲਿਖ ਦਿਓ ਯੈਸ ਸਰ ਕਲੀਅਰ ਹੈ ਜੀ ਨਜ਼ਾਰਾ ਆ ਗਿਆ ਅਗਲਾ ਕੁਐਸਚਨ ਥ੍ਰੀ ਪਾਰਟੀ ਟ੍ਰੀਟੀ ਦੀ ਗੱਲ ਕਰੀ ਜੀ ਜੋ 1838 ਵਿੱਚ ਹੋਈ ਸੀਗੀ ਉਹ ਕਿਹਦੇ ਕਿਹਦੇ ਵਿਚਕਾਰ ਸਾਈਨ ਹੋਈ ਸੀਗੀ ਥ੍ਰੀ ਪਾਰਟੀ ਟ੍ਰੀਟੀ 1838 ਦੇ ਵਿੱਚ ਮੈਨੂੰ ਦੱਸੋ ਇਸ ਸਮੇਂ 1838 ਦੀ ਜਦੋਂ ਗੱਲ ਕਰਦੇ ਆਂ ਪੰਜਾਬ ਦਾ ਰਾਜਾ ਕੌਣ ਸੀਗਾ ਪਹਿਲਾਂ ਤਾਂ Who was the king of Punjab ਪੰਜਾਬ ਦਾ ਰਾਜਾ ਕੌਣ ਸੀ ਲੋਬੀ ਦੱਸੋ ਪੰਜਾਬ ਦਾ ਰਾਜਾ ਕੌਣ ਸੀਗਾ ਸਮਾਰਟ ਵਰਕ ਇਹ ਸਾਰੀਆਂ ਟੈਕਨੀਕ ਟੈਕਨੋਲੋਜੀ ਇਸ ਵਰ ਯੂਜ਼ ਕਰਨੀਆਂ ਨੇ ਕਿਉਂਕਿ ਸਿਲੇਕਸ਼ਨ ਲੈਣੀਆਂ ਬਹੁਤ ਵੈਕੈਂਸੀਜ਼ ਆ ਬਹੁਤ ਜਿੰਨਾਂ ਤੁਸੀਂ ਗਿਣਤੀ ਵੀ ਨਹੀਂ ਕੀਤੀ ਉਹ ਤੋਂ ਜ਼ਿਆਦਾ ਵੈਕੈਂਸੀ ਇਸ ਸਮੇਂ ਚੱਲ ਰਹੀਆਂ ਨੇ ਸੋ ਅਸੀਂ ਸਾਰੀਆਂ ਵੈਕੈਂਸੀਆਂ ਦੇ ਵਿੱਚੋਂ ਇੱਕ ਇੱਕ ਦੋ ਦੋ ਦੇ ਸਿਲੈਕਸ਼ਨ ਲੈਣੀਆਂ ਸੋ ਕਹਿੰਦੇ ਉਸ ਸਮੇਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਕਿਉਂਕਿ 1801 ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਇਹਦਾ ਮਤਲਬ ਹੈ ਟ੍ਰੀਟੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਾਈਨ ਹੋਈ ਹੋਊਗੀ ਜਿੱਥੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਹੈ ਉਹ ਆਪਸ਼ਨ ਰੱਖ ਲਓ ਬਾਕੀ ਕੱਟ ਦਿਓ ਇੱਥੇ ਹੈਗੇ ਆ ਨਹੀਂ ਹੈਗੇ ਇੱਥੇ ਹੈਗੇ ਆ ਹਾਂਜੀ ਹੈਗੇ ਆ ਇੱਥੇ ਹੈਗੇ ਆ ਹਾਂਜੀ ਹੈਗੇ ਆ ਸੋ ਦੋ ਆਪਸ਼ਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਹੈਗੇ ਆ ਦੋ ਦੇ ਵਿੱਚ ਨਹੀਂ ਹੈਗੇ ਮਤਲਬ ਕਿ ਬੀ ਤੇ ਡੀ ਆਨਸਰ ਸੋ ਆਪਸ਼ਨ ਨੰਬਰ ਏ ਇਸ ਦਾ ਕਰੈਕਟ ਆਨਸਰ ਏ ਬਿਲਕੁਲ ਸਹੀ ਹੈ ਜੀ ਚਲਿਏ ਅੱਗੇ ਲਿਖੋ ਯਸ ਸਰ ਡਨ ਹੈ ਤੇ ਲਿਖ ਦਿਓ ਯਸਰ ਬਿਲਕੁਲ ਕਲੀਅਰ ਹੈ ਜੀ ਚਲੋ ਜੀ ਅੱਗੇ ਚੱਲਦੇ ਆਪਾਂ ਅਗਲਾ ਕੁਸ਼ਣ ਆ ਗਿਆ ਸਾਡੇ ਕੋਲੇ ਬਾਏ ਵਿਚ ਕਮੇਟੀ ਪੰਜਾਬ ਸਟੇਟਰੀ ਆਰਗੇਨਾਈਜੇਸ਼ਨ ਐਕਟ ਫਾਰਮਡ ਬਾਈ ਕਿਹੜੀ ਕਮੇਟੀ ਨੇ ਪੰਜਾਬ ਸਟੇਟਰੀ ਆਰਗੇਨਾਈਜੇਸ਼ਨ ਐਕਟ ਬਣਾਇਆ ਸੀਗਾ ਲੋ ਜੀ ਇਹਨੂੰ ਬੜੇ ਧਿਆਨ ਨਾਲ ਕਰਿਓ ਹੁਣ ਸਹੀ ਆ ਉਹ ਹੋ ਗਿਆ ਜਿਹੜਾ ਖਤਮ ਜਾ ਕੋਈ ਗੁਜੇ ਚੱਲਦਾ ਸੀਗਾ ਗੋਲੇ ਚੱਲ ਸੀ ਖਤਮ ਹੁਣ ਡਨ ਹੈ ਚਲੋ ਇਹ ਦੇਖੋ ਤੁਸੀਂ ਇਹ ਮੰਨ ਕੇ ਚੱਲੋ ਵੀ ਇਦਾਂ ਦਾ ਕੁਸ਼ਨ ਆ ਇਹ ਇਦਾਂ ਦਾ ਕੁਸ਼ਨ ਆ ਜੇ ਇਹ ਠੀਕ ਹੋ ਗਿਆ ਤਾਂ ਇਗਜ਼ਾਮ ਕਲੀਅਰ ਮੰਨਿਆ ਜਾਊਗਾ ਹੈ ਇਗਜ਼ਾਮ ਕਲੀਅਰ ਮੰਨਿਆ ਜਾਊਗਾ ਜੇ ਗਲਤ ਹੋ ਗਿਆ ਤਾਂ ਸੋਚੋਗੇ ਇੱਕ ਨੰਬਰ ਤੋਂ ਪੇਪਰ ਰਹਿ ਗਿਆ ਇੱਕ ਨੰਬਰ ਤੋਂ ਪੇਪਰ ਰਹਿ ਗਿਆ ਹੁਣ ਧਿਆਨ ਨਾ ਕਰਿਓ ਕੁਸ਼ਨ ਹੁਣ ਧਿਆਨ ਨਾਲ ਕਰਿਓ ਕੁਸ਼ਨ ਮੈਂ ਪੜਾਇਆ ਹੋਇਆ ਡਿਟੇਲ ਚ ਦੱਸਿਆ ਆ ਮੈਂ ਬਾਰ ਬਾਰ ਕਹਿਣਾ ਹੁੰਦਾ ਆ ਹਮੇਸ਼ਾ ਤੁਹਾਡੀਆਂ ਗਲਤੀਆਂ ਤੁਹਾਨੂੰ ਪੇਪਰ ਤੋਂ ਰੋਕਦੀਆਂ ਨੇ ਤੁਹਾਡੀ ਮਿਹਨਤ ਵਿੱਚ ਕੋਈ ਕਮੀ ਨਹੀਂ ਹੁੰਦੀ ਹੁੰਦੀ ਆ ਨਾ ਲੋ ਜੀ ਦੇਖੋ ਹੁਣ 90% ਬੱਚੇ ਜ ਜੀ ਸੀ ਸ਼ਾ ਲਗਾ ਰਹੇ ਨੇ ਤਾਂ ਮਤਲਬ 90% ਬੱਚੇ ਜਿਹੜੇ ਇੱਕ ਇੱਕ ਨੰਬਰ ਤੋਂ ਰਹਿ ਗਏ ਨੇ ਤੁਸੀਂ ਅਕਸਰ ਕਹਿੰਦੇ ਸਰ ਇੱਕ ਨੰਬਰ ਤੋਂ ਪੇਪਰ ਹੈਗਾ ਜੀ ਰਹਿ ਗਿਆ ਦੇਖੋ ਰਹਿ ਗਿਆ ਪੇਪਰ ਇੱਕ ਨੰਬਰ ਤੋਂ ਪੇਪਰ ਰਹਿ ਗਿਆ ਹੁਣ ਧਿਆਨ ਦਿਓਗੇ ਦੁਬਾਰਾ ਓਹੋ ਹੁਣ ਰਹਿ ਗਿਆ ਕਿਉਂ ਕਿ ਆਨਸਰ ਕੀ ਹੋਣਾ অপਸ਼ਨ ਨੰਬਰ ਬੀ ਹੁਕਮ ਸਿੰਘ ਕਮੇਟੀ ਹੁਣ ਤੁਸੀਂ ਹੈਰਾਨ ਹੋਮੋਗੇ ਸਰ ਇਹ ਕਿੱਦਾਂ ਹੋ ਹੀ ਨਹੀਂ ਸਕਦਾ ਅਸਤਾਜ ਤੱਕ ਪੜਿਆ ਗਲਤੀ ਨਹੀਂ ਹੋ ਸਕਦਾ ਹੁਣ ਸਮੋ ਫਿਰ ਧਿਆਨ ਦੇ ਨਾਲ ਗਲਤ ਕਿਉਂ ਹੋਇਆ ਹੈ ਜਿਹੜਾ ਕੁਐਸਚਨ ਬਣਦਾ ਹੁੰਦਾ ਨਾ ਇਗਜ਼ਾਮ ਦੇ ਵਿੱਚ ਉਹਦਾ ਨਾਮ ਹੈਗਾ ਐਮਸੀਕਿਊਜ਼ ਉਹਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਕੁਐਸਚਨ ਧਿਆਨ ਨਾਲ ਪੜਨਾ ਦੂਜੇ ਨੰਬਰ ਤੇ ਚਾਰ ਆਪਸ਼ਨ ਧਿਆਨ ਨਾਲ ਦੇਖਣੇ ਨੇ ਇਗਜ਼ਾਮੀਨਰ ਕਈ ਵਾਰੇ ਤੁਹਾਨੂੰ ਉਲਝਾ ਦਿੰਦਾ ਆ ਕਿੱਦਾਂ ਹੁਣ ਜਦੋਂ ਪੰਜਾਬ ਤੇ ਹਰਿਆਣਾ 1966 ਦੇ ਵਿੱਚ ਵੰਡਿਆ ਗਿਆ ਸੀਗਾ ਉਸ ਸਮੇਂ ਦੋ ਕਮੇਟੀਆਂ ਬਣੀਆਂ ਸੀਗੀਆਂ ਜਿੰਨਾ ਬਾਰੇ ਬੱਚਿਆਂ ਨੂੰ ਪਤਾ ਨਹੀਂ ਸਿਰਫ ਇੱਕ ਬਾਰੇ ਪਤਾ ਆ ਜਿਹੜੀ ਪਹਿਲੀ ਕਮੇਟੀ ਸੀਗੀ ਉਹ ਸੀਗੀ ਹੁਕਮ ਸਿੰਘ ਕਮੇਟੀ ਤੇ ਇੱਕ ਹੋਰ ਕਮੇਟੀ ਬਣੀ ਸੀਗੀ ਜੇਸੀ ਸ਼ਾਹ ਕਮੇਟੀ ਇਹ ਦੋ ਕਮੇਟੀਆਂ ਬਣੀਆਂ ਸੀਗੀਆਂ ਦੋਨਾਂ ਦੇ ਕੰਮ ਕੀ ਸੀਗੇ ਕਹਿੰਦੇ ਕਿਉਂਕਿ ਜਦੋਂ ਦੋ ਸਟੇਟਾਂ ਨੂੰ ਅਲੱਗ ਕੀਤਾ ਜਾਂਦਾ ਦੋ ਕੰਮ ਹੁੰਦੇ ਨੇ ਇੱਕ ਤਾਂ ਬਾਰਡਰ ਬਣਾਉਣਾ ਬਾਉਂਡਰੀ ਬਣਾਉਣੀ ਤੇ ਦੂਜੇ ਨੰਬਰ ਤੇ ਕਾਨੂੰਨ ਪਾਸ ਕਰਨਾ ਕਹਿੰਦੇ ਜਿਹੜਾ ਕਾਨੂੰਨ ਪਾਸ ਹੋਇਆ ਸੀਗਾ ਉਹ ਕਾਨੂੰਨ ਪਾਸ ਹੋਣ ਦੇ ਲਈ ਜਿਹੜਾ ਡਰਾਫਟ ਤਿਆਰ ਕੀਤਾ ਗਿਆ ਸੀਗਾ ਉਹ ਹੁਕਮ ਸਿੰਘ ਕਮੇਟੀ ਨੇ ਕੀਤਾ ਗਿਆ ਸੀਗਾ ਮਤਲਬ ਇਹ ਆਪਦਾ ਕੰਮ ਕਿੱਥੇ ਕਰ ਰਹੀ ਸੀਗੀ ਪਾਰਲੀਮੈਂਟ ਦੇ ਵਿੱਚ ਪਉਨੋ ਇਸ ਕਰਕੇ ਅਸੀਂ ਪਾਰਲੀਮੈਂਟਰੀ ਕਮੇਟੀ ਵੀ ਕਹਿ ਦਿੰਦੇ ਆ ਤੇ ਜਿਹੜੇ ਕਮਿਸ਼ਨ ਨੇ ਬਾਰਡਰ ਬਣਾਇਆ ਸੀਗਾ ਬਾਉਂਡਰੀ ਬਣਾਈ ਸੀਗੀ ਉਹਨੂੰ ਅਸੀਂ ਕੀ ਕਹਿੰਦੇ ਆ ਬਾਉਂਡਰੀ ਕਮਿਸ਼ਨ ਸੋ ਜੇ ਸੀ ਸ਼ਾਹ ਹੈਗੀ ਸਾਡੇ ਕੋਲੇ ਬਾਉਂਡਰੀ ਕਮਿਸ਼ਨ ਇਹ ਕਿਹੜੀ ਹੈ ਸਰ ਜੀ ਇਹ ਹੈ ਬਾਉਂਡਰੀ ਕਮਿਸ਼ਨ ਸੋ ਯਾਦ ਰੱਖਿਓ ਪਾਰਲੀਮੈਂਟਰੀ ਕਮੇਟੀ ਹੁਕਮ ਸਿੰਘ ਤੇ ਬਾਉਂਡਰੀ ਕਮਿਸ਼ਨ ਜੇ ਸੀ ਸ਼ਾਹ ਆ ਜਾਣ ਯਾਦ ਸੋ ਅੱਜ ਤੋਂ ਬਾਅਦ ਜੇ ਕੋਈ ਤੁਹਾਨੂੰ ਕਹਿ ਜੇ ਵੀ ਇਸ ਕੁਐਸਚਨ ਨੂੰ ਗਲਤ ਕਰ ਦੋ ਕਰ ਦੋਗੇ ਨਹੀਂ ਕਰਦੇ ਕਿਉਂਕਿ ਹੁਣ ਕਨਸੈਪਟ ਕਲੀਅਰ ਹੋ ਗਿਆ ਦਿਮਾਗ ਦੇ ਵਿੱਚ ਘੈਂਟੀ ਵੱਜ ਗਈ ਆ ਵੀ ਉਹਨੇ ਪੁੱਛਿਆ ਕੀ ਆ ਤੇ ਆਨਸਰ ਕੀ ਕਰਨਾ ਹੈ ਲਿਖ ਦਿਓ ਯਸ ਸਰ ਕਲੀਅਰ ਆ ਜੇ ਅੱਜ ਤੋਂ ਬਾਅਦ ਗਲਤੀ ਨਹੀਂ ਕਰਦੇ ਸੋ ਲੋ ਜੀ ਅਗਲਾ ਕੁਸ਼ਣ ਪੁੱਛਣਾ ਤੇ ਨਹੀਂ ਕਰਨੀ ਕਿਤੇ ਤੁਹਾਡਾ ਜਿਹੜਾ 2024 ਦੇ ਵਿੱਚ ਸਰਕਾਰੀ ਨੌਕਰੀ ਲੈਣ ਵਾਲਾ ਜਿਹੜਾ ਤੁਸੀਂ ਇੱਕ ਰੈਜ਼ੋਲੂਸ਼ਨ ਲਿਆ ਕੇ ਤੇ ਉਹ ਗਲਤ ਤਾਂ ਨਹੀਂ ਹੈਗਾ ਜੋ ਜਮਾ ਪੱਕਾ ਆ ਕਿਹਦੇ ਕਿਹਦੇ ਰੈਜ਼ੋਲੂਸ਼ਨ ਜਮਾ ਪੱਕਾ ਵੀ ਸਰ ਓਕੇ ਆ ਜਮਾ ਨਹੀਂ ਢੋਲਦੇ ਇਹ ਤਾਂ ਉਹ ਮਾੜੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਜਮਾ ਪੱਕਾ ਨਾਲ ਰੈਜ਼ੋਲੂਸ਼ਨ ਸੋ ਸ਼ਾਮ ਨੂੰ 4 ਵਜੇ ਵਾਲੀ ਕਲਾਸ ਮਿਸ ਕਰਨੀ ਹੀ ਨਹੀਂ ਡੇਲੀ 4 ਵਜੇ ਆਉਂਦੇਲੀ ਮੈਂ ਅੱਜ ਵੀ ਦੇਖ ਰਿਹਾ ਕਿਸੇ ਕਿਸੇ ਬੱਚਿਆਂ ਦਾ ਹਜੇ ਰੈਜ਼ੋਲੂਸ਼ਨ ਕੱਚਾ ਹੈ ਬੱਚੇ ਆਉਂਦੇ ਛੱਲੇ ਜਾਂਦੇ ਕਲਾਸ ਛੱਡ ਕੇ ਚਲੇ ਜਾਂਦੇ ਉਹਨਾਂ ਦਾ ਰੈਜ਼ੋਲੂਸ਼ਨ ਕੱਚਾ ਆ ਉਹ ਨਹੀਂ ਟੱਕਦੇ ਮਰ ਤੁਸੀਂ ਆਪਦਾ ਰੈਜ਼ੋਲੂਸ਼ਨ ਪੱਕਾ ਬਣਾ ਕੇ ਰੱਖਣਾ ਹੈ ਸੋ ਆਨਸਰ ਸਾਡੇ ਕੋਲ ਕੀ ਆ ਗਿਆ ਕਹਿੰਦੇ ਕਿਹਨਾਂ ਨੇ ਆਦ ਗ੍ਰੰਥ ਦੀ ਰਚਨਾ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਲਕੁਲ ਸਹੀ ਹੈ ਆਪਸ਼ਨ ਨੰਬਰ ਡੀ ਇਸ ਦਾ கரੈਕਟ ਆਨਸਰ ਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਦੇਖੋ ਕਹਿੰਦੇ ਹੂ ਆਫਰਡ ਜਗੀਰ ਐਂਡ ਟਾਈਟਲ ਆਫ ਨਵਾਬ ਟੂ ਕਪੂਰ ਸਿੰਘ ਜਿਹੜੇ ਉਸ ਸਮੇਂ ਕਪੂਰ ਸਿੰਘ ਸੀਗੇ ਉਹਨਾਂ ਨੂੰ ਜਗੀਰਾਂ ਅਤੇ ਨਵਾਬ ਦੀ ਉਪਾਧੀ ਕਿਸ ਨੇ ਆਫਰ ਕੀਤੀ ਸੀਗੀ ਸਰ ਜੀ ਯਈਆ ਖਾਨ ਨੇ ਜਸਪਤ ਰਾਏ ਜ਼ਕਰੀਆ ਖਾਨ ਜਾਫਰੀਨਾ ਵਿੱਚੋਂ ਕੋਈ ਵੀ ਨਹੀਂ ਕਿੰਨੇ ਇਹ ਉਪਾਦੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਦਿੱਤੀਆਂ ਸੀਗੀਆਂ ਕਰੋ ਜੀ ਆਨਸਰ ਸੋ ਆਨਸਰ ਸਾਡੇ ਕੋਲ ਕੀ ਆ ਗਿਆ ਕਹਿੰਦੇ ਸਰ অপਸ਼ਨ ਨੰਬਰ ਅ ਸੀ ਇਜ਼ ਦਾ ਕਰੈਕਟ ਆਨਸਰ ਜ਼ਕਰੀਆ ਖਾਨ ਜ਼ਕਰੀਆ ਖਾਨ ਨੇ ਜ਼ਗੀਰਾ ਤੇ ਨਵਾਬ ਦੀ ਉਪਾਧੀ ਦਿੱਤੀ ਸੀਗੀ ਕਪੂਰ ਸਿੰਘ ਜੀ ਨੂੰ ਤੇ ਮੁੜ ਕੇ ਇਹ ਬਣ ਗਏ ਸੀਗੇ ਨਵਾਬ ਕਪੂਰ ਸਿੰਘ ਜੀ অপਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਲੋ ਜੀ ਅਗਲੇ ਕੁਐਸਚਨ ਵੱਲ ਵਧਦੇ ਆ ਤੇ ਅਗਲਾ ਕੁਐਸਚਨ ਸਾਡੇ ਕੋਲ ਕੀ ਕਹਿੰਦਾ ਏ 1863 ਦੇ ਵਿੱਚ ਪੰਜਾਬ ਦਾ ਲੈਫਟ-ਹੈਂਡ ਗਵਰਨਰ ਕੌਣ ਸੀਗਾ 1863 ਦੇ ਵਿੱਚ ਪੰਜਾਬ ਦਾ ਲੈਫਟ-ਹੈਂਡ ਗਵਰਨਰ ਕੌਣ ਸੀਗਾ ਏ ਬੀ ਸੀ ਡੀ ਚਾਰ ਆਪਸ਼ਨ ਨੇ ਜੀ ਕਰੋ ਆਨਸਰ ਚਾਰ ਆਪਸ਼ਨ ਨੇ ਇਹਨਾਂ ਵਿੱਚੋਂ ਸਹੀ ਕਿਹੜਾ ਹੈ ਸ਼ਾਬਾਸ਼ ਬੱਚੇ ਧਿਆਨ ਨਾਲ ਸੁਣੋ ਧਿਆਨ ਨਾਲ 1863 ਕਿਉਂ ਗਲਤ ਕਰਦੇ ਹੋ ਕਿਉਂ ਗਲਤ ਕਰਦੇ ਹੋ ਹੁਣ ਮੈਂ ਕਿੰਨੀ ਵਾਰ ਇੱਕ ਗੱਲ ਦੱਸੀ ਹੋਈ ਆ ਕਿੰਨੀ ਵਾਰ ਗੱਲ ਦੱਸੀ ਆ ਵੀ ਪੰਜਾਬ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਦੇ ਕਬਜ਼ੇ 'ਚ ਗਿਆ ਆ ਤਾਂ ਉਹਨਾਂ ਨੇ ਪੰਜਾਬ ਨੂੰ ਸੰਭਾਲਣ ਲਈ ਤਿੰਨ ਸਿਸਟਮ ਚਲਾਏ ਸਭ ਤੋਂ ਪਹਿਲਾ ਸਿਸਟਮ ਜਿਹੜਾ 1849 ਦੇ ਵਿੱਚ ਆਇਆ ਉਹਨੂੰ ਅਸੀਂ ਕਹਿੰਦੇ ਆ ਤਿੰਨ ਮੈਂਬਰੀ ਕਮੇਟੀ ਦੂਜਾ ਸਿਸਟਮ ਚਲਾਇਆ ਗਿਆ ਸੀਗਾ ਜਿਹਦੇ ਵਿੱਚ ਚੀਫ ਕਮਿਸ਼ਨਰ ਬਣਾਇਆ ਗਿਆ ਸੀਗਾ ਠੀਕ ਆ ਜੀ ਤੀਜਾ ਸਿਸਟਮ ਜਿਹਦੇ ਵਿੱਚ ਲੈਫਟਿਨੈਂਟ ਗਵਰਨਰ ਬਣਾਇਆ ਗਿਆ ਸੀ ਸੋ ਜਿਹੜਾ ਪਹਿਲਾ ਕੇਸ ਆ ਇਹਦੇ ਵਿੱਚ ਤਿੰਨ ਮੈਂਬਰੀ ਕਮੇਟੀ 1849 ਤੋਂ ਲੈ ਕੇ 1853 ਤੱਕ ਚੱਲਿਆ ਸੀਗਾ ਜਿਹੜਾ ਦੂਜਾ ਕੇਸ ਆ ਚੀਫ ਕਮਿਸ਼ਨਰ 1853 ਤੋਂ ਲੈ ਕੇ 1859 ਤੱਕ ਚੱਲਿਆ ਸੀਗਾ ਤੇ ਤੀਜਾ ਲੈਫਟਨੈਂਟ ਗਵਰਨਰ ਵਾਲਾ 1859 ਤੋਂ ਲੈ ਕੇ 1947 ਤੱਕ ਚੱਲਿਆ ਸੀਗਾ ਇਹ ਕਿਹਨੂੰ ਕਿਹਨੂੰ ਪਤਾ ਵਾ ਠੀਕ ਹੈ ਤੇ ਜਿਹੜਾ ਸਾਡੇ ਕੋਲ ਇੱਕ ਹੋਰ ਕੇਸ ਹੋਇਆ ਸੀਗਾ 1846 ਵਿੱਚ ਅੰਗਰੇਜ਼ਾਂ ਨੂੰ ਲੈ ਕੇ ਪੰਜਾਬ ਦੇ ਨਾਲ ਦੇਖੀਏ ਤਾਂ 1846 ਦੇ ਵਿੱਚ ਪਹਿਲਾ ਅੰਗਰੇਜ਼ ਪੰਜਾਬ ਦੇ ਵਿੱਚ ਆਇਆ ਸੀਗਾ ਜਿਹਨੂੰ ਕੀ ਦਰਬਾਰ ਦੇ ਵਿੱਚ ਬਿਠਾਇਆ ਗਿਆ ਸੀਗਾ ਇਤੋਂ ਪਹਿਲਾਂ ਕੋਈ ਨਹੀਂ ਸੀਗਾ ਹੁਣ ਸਾਡੇ ਕੋਲ ਦੋ ਨਾਂ ਨੇ ਜਿਹੜੇ ਤੁਹਾਨੂੰ ਬਹੁਤ ਕਨਫਿਊਜ਼ ਕਰਦੇ ਨੇ ਜੌਨ ਲਾਰੈਂਸ ਤੇ ਹੈਨਰੀ ਲਾਰੈਂਸ ਦੋ ਆ ਨਾ ਸਰ ਹੈਨਰੀ ਲਾਰੈਂਸ ਤੇ ਜੌਨ ਲਾਰੈਂਸ ਜਦੋਂ ABC ਪੜ੍ਹਦੇ ਆ ਪਹਿਲਾਂ ਕੀ ਆਉਂਦਾ ABCDEFG H H H आई जे मतलब पहला एच आंदा ते बाद च जे आंदा था, सो इत्थे भी पहला एच आया सिगा पहले दो केसਾਂ ਦੇ ਵਿੱਚ 1846 ਤੇ 1849 ਦੇ ਵਿੱਚ ਤੇ ਬਾਦ ਵਾਲੇ ਦੋ ਕੇਸਾਂ ਦੇ ਵਿੱਚ ਕੌਣਾ ਸੀਗਾ ਸਰ ਜੇ ਆਇਆ ਸੀਗਾ ਜਾਨਕੀ ਜੋਨ ਲਾਰੈਂਸ ਆਇਆ ਸੀਗਾ ਲੇਕਿਨ ਜਿਹੜਾ ਦੂਜਾ ਕੇਸ ਸੀਗਾ ਨਾ ਇੱਥੇ ਇਹ ਸਿਰਫ ਥੋੜਾ ਟਾਈਮ ਹੀ ਰਿਹਾ ਸੀਗਾ ਮੰਨ ਲਓ ਇਹ ਚਲੋ ਵੀ 1 ਸਾਲ ਹੀ ਰਿਹਾ ਸੀਗਾ ਜਾਨਕੀ ਵੱਧ ਤੋਂ ਵੱਧ 1860 ਤੱਕ ਹੁਣ 1860 ਦੇ ਵਿੱਚ ਬੰਦਾ ਜਾ ਚੁੱਕਾ ਹੈ ਤੇ ਨਵਾਂ ਬੰਦਾ ਆ ਚੁੱਕਾ ਸੋ ਨਵਾਂ ਬੰਦਾ ਕੌਣ ਆ ਸਗਾ অপਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ ਬਿਲਕੁਲ ਸਹੀ ਹੈ ਜੀ ਚਲੋ ਇਹ ਕੁਐਸ਼ਨ ਐਕਸੈਪਸ਼ਨ ਸੀਗੀ ਬਟ ਜਿਹੜੀ ਮੈਂ ਆਹ ਡਿਟੇਲ ਦੱਸੀਆ ਕਿਹਨੂੰ ਕਿਹਨੂੰ ਪਤਾ ਲੱਗ ਗਿਆ ਵਾਣੀ ਹੁਣ ਅੰਗਰੇਜ਼ਾਂ ਦੇ ਵਿੱਚੋਂ ਜੇ ਕੋਈ ਇੱਥੋਂ ਕੁਐਸ਼ਨ ਆ ਗਿਆ ਕਿ ਭਾਈ ਪਹਿਲਾ ਕੌਣ ਅੰਗਰੇਜ਼ ਸੀਗਾ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਪਹਿਲਾ ਲੈਫਟ ਗਵਰਨਰ ਕੌਣ ਸੀਗਾ ਪਹਿਲਾ ਤਿੰਨ ਮੈਂਬਰੀ ਕਮੇਟੀ ਦਾ ਹੈੱਡ ਕੌਣ ਸੀਗਾ ਪਹਿਲਾ ਅੰਗਰੇਜ਼ ਜਿਹੜਾ ਪੰਜਾਬ ਦੇ ਵਿੱਚ ਆਇਆ ਸੀਗਾ ਉਹ ਕੌਣ ਸੀਗਾ ਅੱਜ ਤੋਂ ਬਾਅਦ ਗਲਤ ਤੇ ਨਹੀਂ ਹੁੰਦਾ ਆ ਆ ਇਨਫੋਰਮੇਸ਼ਨ ਦੇਖੋ ਨੋਟ ਕਰ ਲਈ ਜਿੰਨੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਆ ਯਸ ਸਰ ਲਿਖ ਦਿਓ ਜੇ ਇਹਨੂੰ ਨੋਟ ਕਰ ਲਿਆ ਆ ਤੇ ਲੋ ਜੀ ਅਗਲੇ ਕੁਐਸਚਨ ਵੱਲੋਂ ਮੂਵ ਕਰਦੇ ਆ ਆਹ ਦੱਸਿਆ ਗਿਆ ਇੱਥੇ ਦੇਖੋ ਕਹਿੰਦੇ ਪਹਿਲਾ ਲੈਫਟ-ਨੈਂਟ ਗਵਰਨਰ ਕੌਣ ਸੀਗਾ ਸਰ ਜੌਨ ਲਾਰੈਂਸ ਦੂਜਾ ਲੈਫਟ-ਨੈਂਟ ਗਵਰਨਰ ਸਾਡੇ ਕੋਲ ਜਿਹੜਾ ਆਇਆ ਸੀਗਾ ਉਹ ਦੇਖੋ ਸੋਰੀ ਉਹ 1 ਮਹੀਨਾ ਰਿਹਾ ਸੀਗਾ ਮੈਂ ਉਹ ਹੀ 1 ਸਾਲ ਕਹਿੰ ਗਿਆ 1 ਮਹੀਨਾ ਹੀ ਸੀਗਾ ਵਾਧੂ ਵਾ ਦੇਖੋ 1 ਮੰਥ ਹੀ ਰਿਹਾ ਸੀਗਾ ਇਹ ਵਾਲਾ ਗਲਤੀ ਮੈਂ ਕਹੇਗਾ ਇੱਕ ਸਾਲ ਇੱਕ ਮੰਥ ਰਿਆ ਸੀਗਾ ਮੈਨੂੰ ਭੁਲੇਖਾ ਸੀਗਾ ਇੱਕ ਦਾ ਸੋ ਦੂਜੇ ਨੰਬਰ ਤੇ ਸਾਡੇ ਕੋਲ ਆਇਆ ਸੀਗਾ ਰੋਬਰਟ ਮਾਉਂਟ ਕਰਮੀ ਇਹ ਕਦੋਂ ਤੋਂ ਲੈ ਕੇ ਕਦੋਂ ਤੱਕ ਸੀਗਾ ਇਹ 1859 ਤੋਂ ਲੈ ਕੇ 1865 ਤੱਕ ਸੀਗਾ ਉਹਨੇ ਪੁੱਛਿਆ ਠੀਕਾ 1863 ਵਾਲਾ ਸੋ ਇਹਦਾ ਮਤਲਬ ਕੀ ਆਊਗਾ ਆਪਸ਼ਨ ਨੰਬਰ ਇਹ ਆਊਗਾ ਆਪਸ਼ਨ ਨੰਬਰ ਇਹ ਹੀ ਆਊਗਾ ਜੀ ਯੈਸ ਸਰ ਚਲੋ ਜੀ ਅੱਗੇ ਚੱਲਦੇ ਆ ਅੱਗੇ ਤੋਂ ਗਲਤ ਨਹੀਂ ਹੋਊਗਾ ਇਹਦੀ ਪੀਡੀਐਫ ਕਿਹਨੂੰ ਕਿਹਨੂੰ ਚਾਹੀਦੀ ਯੈਸ ਟੈਲ ਮੀ ਇੱਕ ਆਪਣੀ ਜਿਹੜੀ 100 ਐਮਸੀਕਿਊਜ਼ ਵਾਲੀ ਕਲਾਸ ਮੈਂ ਲਈ ਸੀਗੀ ਸੈਚਰਡੇ ਕਿਨੇ ਕਿਨੇ ਲਾਈ ਆ ਜੀ ਉਹ 100 एमसीक्यूज ਵਾਲੀ ਜਿਹੜੀ ਮੈਂ ਕਲਾਸ ਐਚੜੇ ਲਈ ਸੀਗੀ ਉਹ ਕਿਨੇ ਕਿਨੇ ਲਾਈ ਆ ਯਸਰ ਲਿਖੋ ਉਹਦੀ ਪੀਡੀਐਫ ਵੀ ਮੈਂ ਦਊਗਾ ਉਹ ਮੈਂ ਉਦੋਂ ਪਾਈ ਨਹੀਂ ਸੀਗੀ ਇਹਦੀ ਪੀਡੀਐਫ ਵੀ ਅੱਜ ਮਿਲੂਗੀ ਉਹ ਪੀਡੀਐਫ ਦੋਨੋਂ ਕਿੱਥੇ ਮਿਲਣਗੀ ਆ ਸਿਰਫ ਫਤੇ ਸਰ ਪੰਜਾਬ ਵੱਡਾ ਪੰਜਾਬ ਵੱਡਾ 247 ਦੇ ਟੈਲੀਗ੍ਰam ਚੈਨਲ ਦੇ ਉੱਤੇ ਸੋ ਇਸ ਚੈਨਲ ਨੂੰ ਜੁਆਇਨ ਕਰ ਲਓ ਤੇ ਇਹਦੀ ਪੀਡੀਐਫ ਜਿਹੜੀ ਉੱਥੇ ਮਿਲ ਜੂਗੀ ਸਰਚ ਕਰ ਲਿਓ ਹੁਣ ਨਾ ਜਾਓ ਕਲਾਸ ਛੱਡ ਕੇ ਪਹਿਲਾਂ ਉਹਨਾ ਟਾਈਮ ਕਲਾਸ ਦੀ ਕੰਪਲੀਟ ਕਰ ਲਓ ਬਾਅਦ ਵਿੱਚ ਵਗ ਜਿਓ ਜੀ ਠੀਕ ਹੈ ਚਲਿਓ ਅੱਗੇ ਲਓ ਜੀ ਹਾਂ 23 ਦੀ ਵੀ ਦੇ ਦੂੰਗਾ ਜਿਹੜੀਆਂ ਪ੍ਰਾਣੀਆਂ ਮੈਂ ਸਾਰੀਆਂ ਪਾ ਦੂੰਗਾ ਪੁਰਾਣਾ ਬਿਜੀ ਸੀਗਾ ਸੋ ਭਾਈ ਮਨੀ ਸਿੰਘ ਜੀ ਕਹਿੰਦੇ ਸੀਗੇ ਜਿਨ੍ਹਾਂ ਨੇ ਰਿਸੋਲਵ ਕੀਤਾ ਸੀਗਾ ਬੰਦੀ ਖਾਲਸਾ ਦੇ ਤਤ ਖਾਲਸਾ ਦੇ ਵਿਚਕਾਰ ਜਿਹੜਾ ਇਸ਼ੂ ਸੀਗਾ ਲੋ ਜੀ ਅਗਲਾ ਕੁਐਸਚਨ ਕਹਿੰਦੇ ਨੇਟਿਵ ਵਿਲੇਜ ਆਫ ਰਾਮ ਸਿੰਘ ਵਾਸ ਬਾਬਾ ਰਾਮ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਨੇਟਿਵ ਵਿਲੇਜ ਕਿਹੜਾ ਸੀਗਾ ਵਿਕਰਮਜੀਤ ਸਿੰਘ ਬੱਚੇ ਉਹਦੇ ਵਿੱਚ ਤੁਸੀਂ ਆਪਣੇ ਜੋਇਨ ਕਰ ਲਓ ਤੁਸੀਂ ਜਸਟ ਜਸਟ ਜਾ ਕੇ ਸਰਚ ਕਰ ਲਓ ਫਤੀਸਰ ਪੰਜਾਬ ਡਾ 247 ਉੱਥੇ ਤੁਹਾਨੂੰ ਜਿਹੜਾ ਉਹ ਮਿਲ ਜੂਗਾ ਜੀ ਉਹਦੇ ਵਿੱਚ ਲਿੰਕ ਵੀ ਆ ਜਾਂਦਾ ਟੈਲੀਗ੍ਰਾਮ ਤੇ ਠੀਕ ਹੈ ਉਹਦੇ ਵਿੱਚ ਲਿੰਕ ਵੀ ਕਲਾਸ ਦਾ ਜਾਂਦਾ ਲਿੰਕ ਵੀ ਜੁਆਇਨ ਕਰ ਲਿਆ ਕਰੋ ਤੁਹਾਨੂੰ ਉੱਥੇ ਬਹੁਤ ਸਾਰੇ ਫਾਇਦੇ ਹੋਣਗੇ ਲਓ ਜੀ ਅਗਲਾ ਕੁਐਸਚਨ ਦੇਖੋ ਸਾਡੇ ਕੋਲ ਕਿਹੜਾ ਜੀ ਕੁਐਸਚਨ ਦੇਖੋ ਫਰਸਟ ਕਲਾਸ ਲਈ ਅੱਜ ਤੋਂ ਬਾਅਦ ਉਹਨੂੰ ਤੁਸੀਂ ਜੁਆਇਨ ਜ਼ਰੂਰ ਕਰ ਲਿਓ ਅਗਲਾ ਕੁਐਸਚਨ ਸਾਡੇ ਕੋਲੇ অপਸ਼ਨ ਨੰਬਰ A ਭੈਣੀ ਸਾਹਿਬ ਇਸ ਦਾ ਕਰੈਕਟ ਆਨਸਰ ਲਓ ਜੀ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ who was the leader of sikh army during the battle of mudki kende jado battle of mudki di gall kariye mudki di ladai ho ri si gi us samay sikh army de leader kon si ge unna de head kaun si ge dasso ji kon si ge kon si ge head a b c d char option ne so charan vich to ik ta sahi hai bilkul sahi hai ji keda sahi hai tusi mainu dassna so apni regular class kinne vaje hundi hai sir 4 vaje hundi hai ji kinne vaje 4 vaje shabash so kal nu 4 vaje kon kon aa reha tade vichon appa 350 jani baithe ha ਲਾਸੀਆਂ 350 ਤੋਂ ਸੋ ਤੁਹਾਡੇ ਵਿੱਚੋਂ ਕਿਹੜਾ ਕਿਹੜਾ ਬੱਚਾ ਕੱਲ ਨੂੰ ਆ ਰਿਹਾ ਹੈ 4 ਵਜੇ ਯਸਰ ਲਿਖੋ ਕਹਿੰਦੇ ਜੀ ਪਹਿਲੀ ਲੜਾਈ ਕਦੋਂ ਹੋਈ ਸੀਗੇ ਵੀ ਦੱਸ ਦਿਓ ਤੇ ਆਨਸਰ ਹੈਗਾ ਲਾਲ ਸਿੰਘ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਸੋ ਕਹਿੰਦੇ ਪਹਿਲੀ ਮੁਦਕੀ ਵਾਲੀ ਲੜਾਈ ਦੀ ਡੇਟ ਦੀ ਗੱਲ ਕਰੀਏ ਤਾਂ ਇਹ ਹੋਈ ਸੀਗੀ 18 ਦਸੰਬਰ 1846 ਦੇ ਵਿੱਚ ਇਹ ਹੋਈ ਸੀਗੀ 18 ਦਸੰਬਰ 1846 ਦੇ ਵਿੱਚ ठीक ऑप्शन नंबर सी इज द करेक्ट आंसर अगला क्वेश्चन कहते बीर अश्विन दी गल करिए वर्ल्ड ਜਿਹੜੀ ਵਰਡ ਸੈਂਚਰੀ ਹੈ ਸੋ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਅਮਰitsar ਲੋਦੇਣਾ ਸੰਗਰੂ ਜਾਫਰ ਬਠਿੰਡਾ ਹਾਂਜੀ ਕਿਹੜੇ ਜ਼ਿਲ੍ਹੇ ਵਿੱਚ ਇਹ ਸਥਿਤ ਹੈ ਸ਼ਾਬਾਸ਼ 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 ਮੈਂ ਕਿਸੇ ਦੀ ਗੱਲ ਸੁਣ ਰਿਹਾ ਸੀਗਾ ਇੱਕ ਕਿਸੇ ਦਾ ਬੰਦਾ ਉਹਨੇ ਬੜੀ ਵਧੀਆ ਗੱਲ ਸੁਣਾਈ ਕਹਿੰਦਾ ਸਫਲ ਇਨਸਾਨ ਜਿਹੜਾ ਹੁੰਦਾ ਨਾ ਜਿਹਨੇ ਸਕਸੈਸ ਪਾਉਣੀ ਆ ਤੇ ਜਿਹੜਾ ਹਰ ਇੱਕ ਚਾਹੁੰਦਾ ਮੇ ਵੀ ਆਪਾਂ ਜਿੰਨੇ ਲਾਈਵ ਬੈਠੇ ਆ ਜਾਂ ਜਿੰਨੇ ਰਿਕਾਰਡਡ ਆ ਉਹ ਮੇ ਸੁਣ ਰਹੇ ਹੋਵਾਂਗੇ ਕਲਾਸ ਨੂੰ ਤੁਹਾਡਾ ਵੀ ਮਨ ਹੈਗਾ ਨਾ ਵੀ ਅਸੀਂ ਵੀ ਸਫਲ ਹੋਈਏ ਬਾਕੀ ਵੀ ਸਾਰੇ ਚਾਹੁੰਦੇ ਆ ਸੋ ਜਦੋਂ ਸਫਲਤਾ ਦੀ ਗੱਲ ਕਰੀਏ ਤਾਂ ਕਹਿੰਦਾ ਸਫਲਤਾ ਸਾਰਿਆਂ ਨੂੰ ਨਹੀਂ ਮਿਲਦੀ ਕਿਸੇ ਕਿਸੇ ਨੂੰ ਮਿਲਦੀ ਆ ਪੁੱਛੋ ਕਿਉਂ ਕਦੇ ਸੋਚਿਆ ਇਹ ਵਾਲਾ ਬੀ ਸਭ ਨੂੰ ਕਿਉਂ ਨਹੀਂ ਮਿਲਦੀ ਆ ਬਾਕੀ ਨੂੰ ਸਫਲਤਾ ਕਿਵੇਂ ਮਿਲਗੀ ਤੁਹਾਨੂੰ ਹਜੇ ਤੱਕ ਕਿਉਂ ਨਹੀਂ ਮਿਲੀ ਸਫਲਤਾ ਕਿਹਨੂੰ ਕਿਹਨੂੰ ਲੱਗਦਾ ਵੀ ਸਾਰੇ ਸੋਚਣਾ ਚਾਹੀਦਾ ਚਾਹੁੰਦੇ ਅਸੀਂ ਵੀ ਆ ਕਹਿੰਦੇ ਸਫਲਤਾ ਹਮੇਸ਼ਾ ਉਹਨਾਂ ਬੰਦਿਆਂ ਕੋਲ ਆਉਂਦੀ ਜਿਹੜੇ ਪੰਕਚੁਅਲ ਬਹੁਤ ਹੁੰਦੇ ਨੇ ਟਾਈਮ ਦੇ ਪਵੰਦ ਜਿਨ੍ਹਾਂ ਨੇ ਪੱਕਾ ਜਿਹੜਾ ਕੰਮ ਕਰਨਾ ਕਰਨਾ ਜਿਹਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਜਾਂ ਜਿਹੜੇ ਬੰਦੇ ਨੂੰ ਮੰਨ ਲਓ ਜਿਵੇਂ ਆਪਾਂ ਕਹਦੇ ਵੀ ਠੀਕ ਆ ਜੀ ਮੈਂ ਕਰ ਸਕਦਾ ਮੈਨੂੰ ਭਰੋਸਾ ਆ ਉਹ ਫਰਿਆਦੀ ਕਹਿੰਦਾ ਜੇ ਹੋ ਗਿਆ ਠੀਕ ਆ ਨਹੀਂ ਤਾਂ ਆ ਕਰ ਲਾਂਗੇ ਜੇ ਤਾਂ ਪਉਂਦਾ ਨਹੀਂ ਅਗਲਾ ਸੋ ਨਵੇਂ ਸਵਾਲੇ ਕਰ ਰੈਜ਼ੋਲੂਸ਼ਨ ਲੋ ਵੀ ਪੜਾਈ ਕਰਦੇ ਹੋਏ ਕਲਾਸ ਜਿਹੜੀ ਵੀ ਕਲਾਸ 'ਚ ਬੈਠਿਓ ਪੂਰੀ ਸੁਣਨੀ ਪੂਰੀ ਪੜ੍ਹਨੀ ਆ ਧਿਆਨ ਨਾਲ ਸੁਣਨੀ ਆ ਕਿ ਟੀਚਰ ਦੀ ਗੱਲ ਸੁਣਨੀ ਆ ਉਹਦੀ ਗੱਲ ਮੰਨਣੀ ਆ ਜੇ ਉਹਨੇ ਛੋਟੀ ਜੀ ਵੀ ਗੱਲ ਕਹਤੀ ਆ ਫੋਰ ਐਗਜ਼ਾਮਪਲ ਉਹਨੇ ਇਹ ਕਹਿਤਾ ਬੱਚਿਓ ਕੱਲ ਨੂੰ ਆ ਟੈਸਟ ਆ ਤੁਹਾਡਾ ਪੜ੍ਹ ਕੇ ਆਇਓ ਸੋ ਨੂੰ ਇਹ ਨਹੀਂ ਲੈਣਾ ਵੀ ਕੋਈ ਚੱਕਰ ਨਹੀਂ ਕੱਲ ਨੂੰ ਨਹੀਂ ਪੜ੍ਹਸਣ ਨੂੰ ਪੜ੍ਹ ਲੱਗ ਨਹੀਂ ਕੱਲ ਨੂੰ ਕਹਿਤਾ ਤਾਂ ਕੱਲ ਨੂੰ ਪੜ੍ਹਨਾ ਅਗਲਾ ਟੈਸਟ ਲਵੇ ਨਾ ਲਵੇ ਸੋ ਇਹ ਆਦੇ ਵਿੱਚ ਆਦਤ ਬਣਾ ਲਓ ਜਦੋਂ ਇਹ ਆਦਤ ਬਣ ਗਈ ਤਾਂ ਦੇਖਿਓ ਸਿਲੈਕਸ਼ਨ ਜ਼ਰੂਰ ਹੋ ਗਈ ਮੇਰੇ ਕੋ ਹਜ਼ਾਰਾਂ ਦੇ ਹਸਾਬ ਨਾਲ ਬੱਚੇ ਜਿਨ੍ਹਾਂ ਨੇ ਇਹ ਫਾਰਮੂਲਾ ਬਣਾ ਕੇ ਸਿਲੈਕਸ਼ਨ ਲਈ ਹੋਈ ਹੈ ਸੋ ਆਨਸਰ ਸਾਡੇ ਕੋਲ ਕੀ ਆ ਗਿਆ ਕਹਿੰਦੇ অপਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਕਮਲਜੀਤ ਸੰਧੂ ਬਿਲਕੁਲ ਸਹੀ ਐ ਲੋ ਜੀ ਅਗਲਾ ਕੁਸ਼ਣ ਅਗਲਾ ਕੁਸ਼ਣ ਸਹੀ ਐ ਨਾ ਤੇ ਸਫਲਤਾ ਹਮੇਸ਼ਾ ਹੀ ਫੇਲਿਅਰ ਤੋਂ ਬਾਅਦ ਹੀ ਆਉਂਦੀ ਹੈ ਬਹੁਤ ਸਾਰੇ ਇਦਾਂ ਦੇ ਸਟੈਪ ਹੁੰਦੇ ਨੇ ਫੇਲਿਅਰ ਵਾਲੇ ਹੁੰਦੇ ਨੇ ਬਾਅਦ ਸਫਲਤਾ ਆਉਂਦੀ ਹੈ ਸੋ ਘਬਰਾਇਆ ਨਾ ਕਰੋ ਹਮੇਸ਼ਾ ਮਿਹਨਤ ਕਰਨ ਦਾ ਇੱਕ ਜਜ਼ਬਾ ਰੱਖੋ ਤੇ ਇੱਕ Aim ਰੱਖੋ ਵੀ ਨੌਕਰੀ ਲੈਣੀ ਆ ਬਸ ਨੌਕਰੀ ਲੈਣੀ ਆ ਕਹਿੰਦੇ ਗੱਲ ਖਤਮ ਆ ਦੂਜੀ ਕਹਾਣੀ ਨਹੀਂ ਹੈਗੀ ਕੋਈ ਵੀ ਠੀਕ ਹੈ ਦੂਜੀ ਕਹਾਣੀ ਕੋਈ ਵੀ ਨਹੀਂ ਹੈਗੀ ਲੋ ਜੀ ਆਨਸਰ ਕੀ ਸਾਡੇ ਕੋਲੇ ਕਹਿੰਦੇ ਹੂ ਇਜ਼ ਦਾ ਕ੍ਰੀਏਟਰ ਆਫ ਦਾ ਲੋਹਾਕੋਟ ਲੋਹਾਕੋਟ ਦੇ ਰਾਈਟਰ ਕੌਣ ਨੇ ਸਰਬਲਵੰਤ ਗਾਰਗੀ অপਸ਼ਨ ਨੰਬਰ ਸੀ ਇਜ਼ ਦਾ கரੈਕਟ ਆਨਸਰ ਬਿਲਕੁਲ ਸਹੀ ਹੈ ਲਾਈਕ ਜ਼ਰੂਰ ਕਰ ਦਿਓ ਜੇ ਨਾ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਲਓ ਜੀ ਇਹ ਹੈ ਤੁਹਾਡਾ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਤੇ ਜਾਂਦੇ ਜਾਂਦੇ ਇੱਕ ਬੜੀ ਇੰਪੋਰਟੈਂਟ ਗੱਲ ਦੱਸੂਗਾ ਜਿਵੇਂ ਅੱਜ 2 ਤਰੀਕ ਹੋ ਗਿਆ ਕਾਫੀ ਸਾਰੇ ਬੱਚਿਆਂ ਦੇ ਮੈਸੇਜ ਆਏ ਸੀ ਕਿ ਮੇਰੇ ਕੋ ਟੈਲੀਗ੍ਰਾਮ ਦਿੰਦੇ ਵੀ ਕਿ ਸਰ ਅਸੀਂ ਪੰਜਾਬ ਦੇ ਮਹਾਪੈਗ ਦੇ ਵਿੱਚ ਐਡਮਿਸ਼ਨ ਲੈ ਕੇ ਤੁਹਾਡੇ ਨਾਲ ਮਿਲ ਕੇ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ 1 ਤਰੀਕ ਨੂੰ ਨਾ ਜਾਂ ਕਹਾਂ 2 ਤਰੀਕ ਨੂੰ ਇੱਕ ਆਦੇ ਮਨ ਚ ਹਰੇਕ ਨੇ ਰੈਜ਼ੋਲੂਸ਼ਨ ਤਾਂ ਰੱਖਿਆ ਕਿ ਇੱਕ ਦੀ ਨੌਕਰੀ ਲੈਣੀ ਹੈ ਹੋ ਸਕਦਾ ਕਈ ਤਿਆਰੀ ਪਿਛਲੇ ਸਾਲ ਦੀ ਕਰਦੇ ਹੁਣ ਲੇਕਿਨ ਸਿਲੈਕਸ਼ਨ ਨਹੀਂ ਹੋ ਪਾਈ ਕਿਉਂਕਿ ਗਾਈਡੈਂਸ ਦੀ ਕਮੀ ਸੀਗੀ ਪਰ ਉਹਨਾਂ ਨੇ ਸੋਚਿਆ ਕਿ ਸਰ ਹੁਣ ਅਸੀਂ ਤੁਹਾਡੇ ਨਾਲ ਜੁੜ ਕੇ ਅਸੀਂ ਆਪਦੀ ਤਿਆਰੀ ਪਰਫੈਕਟ ਕਰਨੀ ਆ ਸੋ ਜਿਹੜਾ ਜਿਹੜਾ ਬੱਚਾ ਜਿਹੜਾ ਜਿਹੜਾ ਬੱਚਾ ਪੰਜਾਬ ਦੇ ਮਹਾਪੈਕ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਆ ਹਜੇ ਵੀ ਆਪਣੇ ਕੋਲੇ ਪੰਜਾਬ ਦੇ ਮਹਾਪੈਕ ਦੇ ਉੱਤੇ ਪ੍ਰਾਈਸ ਡ੍ਰੌਪ ਹੈ ਉਹਦੇ ਬਾਰੇ ਮੈਂ ਥੋੜਾ ਤੁਹਾਨੂੰ ਦੱਸ ਦਿੰਦਾ ਇੱਕ ਵਾਰ ਕੁਐਸਚਨ ਹਜੇ ਕਾਫੀ ਪੈਸੇ ਦੇ ਆਪਾਂ ਕੋਈ ਕਢਾ ਲੂ ਕਰਾਂਗੇ ਟੈਨਸ਼ਨ ਨਹੀਂ ਲੈਣੀ ਸੋ ਪੰਜਾਬ ਦਾ ਮਹਾਪੈਕ ਜਿਹਦੇ ਵਿੱਚ ਸਾਨੂੰ ਪਹਿਲਾਂ Y560 ਡਿਸਕਾਊਂਟ ਕੋਡ ਲਾ ਕੇ 3219 ਦਾ ਮਿਲਦਾ ਸੀਗਾ ਉਹੀ ਪੰਜਾਬ ਦਾ ਮਹਾਪੈਕ ਸਾਨੂੰ ਅ ਅੱਜ ਮਿਲ ਰਿਹਾ ਹੈ 1726 ਰੁਪਏ ਦਾ 1-2 ਦਿਨ ਪਹਿਲਾਂ ਤੋਂ ਹੀ ਇਹ ਪ੍ਰੋਸੈਸ ਪਰ ਹਜੇ ਵੀ ਕੁਝ ਬੱਚੇ ਕਹਿੰਦੇ ਸੀਗੇ ਅਸੀਂ ਐਡਮਿਸ਼ਨ ਨਹੀਂ ਲੈ ਪਾਏ ਜਾਂ ਕਿਤੇ ਬਿਜ਼ੀ ਸੀਗੇ ਕਿਉਂਕਿ ਕੁਝ ਬੱਚੇ ਨਵੇਂ ਸਾਲ ਤੇ ਹੋ ਜਾਦਾ ਘੁੰਮਣ ਚਲੇ ਗਏ ਹੁਣ ਜਾਂ ਕਿਤੇ ਹੋਰ ਬਿਜ਼ੀ ਸੀਗੇ ਮੈਂ ਦੋ ਦਿਨ ਤੋਂ ਕਾਫੀ ਬਿਜ਼ੀ ਸੀਗਾ ਸੋ ਇਸ ਕਰਕੇ ਜੇ ਤੁਸੀਂ ਹਜੇ ਤੱਕ ਐਡਮਿਸ਼ਨ ਨਹੀਂ ਲੀਤਾ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪੰਜਾਬ ਦੇ ਮਹਾਪੈਕ ਦੇ ਵਿੱਚ ਇੱਕ ਗੱਲ ਧਿਆਨ ਰੱਖਿਓ ਬੱਚੇ ਹਮੇਸ਼ਾ ਯਾਦ ਰੱਖਿਓ Y560 ਸੋ ਜਿਹੜਾ ਜਿਹੜਾ ਬੱਚਾ 22565 ਡਿਸਕਾਊਂਟ ਕੋਡ ਲਾਊਗਾ ਉਹਨੂੰ ਪੰਜਾਬ ਦੇ ਮਹਾ ਪੈਕ ਦੇ ਵਿੱਚ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਮਿਲਦੀਆਂ ਆ ਲਾਈਵ ਤੇ ਰਿਕਾਰਡਡ ਕਲਾਸਾਂ ਮਤਲਬ ਤੁਸੀਂ ਕਿਤੇ ਬਿਜ਼ੀ ਹੋ ਸੋ ਰਿਕਾਰਡਡ ਕਲਾਸਾਂ ਦੇਖ ਸਕਦੇ ਆ ਇਹਦੇ ਨਾਲ ਨਾਲ ਸਿਲੈਕਸ਼ਨ ਉੱਤੇ ਫੋਕਸ ਸੋ ਇੱਕ ਗੱਲ ਮੈਂ ਹਮੇਸ਼ਾ ਕਹੂੰਗਾ ਨਵਾਂ ਸਾਲ ਹੈ ਜਿਵੇਂ ਮੈਂ ਤੁਹਾਨੂੰ ਵੀ ਕਿਹਾ ਕਿ ਆਪਾਂ ਡਿਸਾਈਡ ਕੀਤਾ ਹੋਇਆ ਆ ਸੋ ਜੇ ਤੁਸੀਂ ਵੀ ਡਿਸਾਈਡ ਕੀਤਾ ਕਿ ਸਰ ਸਿਲੈਕਸ਼ਨ ਲੈਣੀ ਆ ਨਾ ਸੋ ਸਿਲੈਕਸ਼ਨ ਤੇ ਫੋਕਸ ਹੋਊਗਾ ਤੇ ਜਿਹੜਾ ਜਿਹੜਾ ਬੱਚਾ ਮੇਰੇ ਨਾਲ ਜੁੜ ਕੇ ਤਿਆਰੀ ਕਰਨਾ ਚਾਹੁੰਦਾ ਹੈ ਉਹ Y565 ਡਿਸਕਾਊਂਟ ਕੋਡ ਲਾਊਗਾ ਤੇ ਉਹਨੇ ਕਿਰਪਾ ਕਰਕੇ ਉਹ ਹੀ ਲਾਇਓ ਜਿਹਨੇ ਸੋਚਿਆ ਹੈ ਕਿ ਸਰ ਸਿਲੈਕਸ਼ਨ ਲੈਣੀ ਆ ਤੇ ਜਿਹਨੇ ਮੇਰੇ ਨਾਲ ਜੁੜ ਕੇ ਤਿਆਰੀ ਕਰਨੀ ਹੈ ਉਹਨਾਂ ਨੂੰ ਮੈਂ ਪ੍ਰੋਪਰਲੀ ਗਾਈਡ ਕਰੂੰਗਾ ਚਾਹੇ ਉਹਨਾਂ ਦੇ ਟਾਈਮ ਟੇਬਲ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਦੀ ਕਲਾਸਸ ਨੂੰ ਲੈ ਕੇ ਹੋਵੇ ਚਾਹੇ ਪੀਡੀਐਫ ਨੂੰ ਲੈ ਕੇ ਹੋਵੇ ਚਾਹੇ ਕਲਾਸਸ ਦਾ ਨਾਮ ਪਤਾ ਲੱਗਦਾ ਹੋਵੇ ਚਾਹੇ ਕੋਈ ਡਾਊਟ ਹੋਵੇ ਕੋਈ ਕੁਝ ਵੀ ਇਸ਼ੂ ਆ ਰਿਹਾ ਆ ਚਾਹੇ ਮੰਨ ਲਓ ਕਿ ਸਬਚਨ ਵਗੈਰਾ ਮੈਂ ਕਿਸੇ ਸਿਲੇਕਟਡ ਕੈਂਡੀਡੇਟਸ ਨਾਲ ਗੱਲਬਾਤ ਕਰਨੀ ਆ ਪਲਾਨਿੰਗ ਕਿਵੇਂ ਕਰਨੀ ਆ ਸਭ ਕੁਝ ਮੈਂ ਦੱਸੂਗਾ ਬੇਸ਼ਰਤ ਤੁਸੀਂ Y565 ਡਿਸਕਾਊਂਟ ਕੋਡ ਲਾਇਆ ਹੋਵੇ Y565 ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ ਟੈਨਸ਼ਨ ਨਹੀਂ ਜਾਣੀ ਆਪਾਂ ਮਿਹਨਤ ਕਰਾਂਗੇ ਤੇ ਰਲ ਕੇ ਸਿਲੈਕਸ਼ਨ ਜ਼ਰੂਰ ਲਵਾਂਗੇ ਠੀਕ ਹੈ ਸੋ ਸਪੈਸ਼ਲੀ ਜੇ ਗਾਈਡੈਂਸ ਦੀਆਂ ਕਲਾਸਾਂ ਦੀ ਗੱਲ ਕਰੀਏ ਤਾਂ ਸਪੈਸ਼ਲੀ ਗਾਈਡੈਂਸ ਦੀਆਂ ਕਲਾਸਾਂ ਜਿਹੜੇ ਬੱਚੇ Y565 ਡਿਸਕਾਊਂਟ ਕੋਡ ਲਾਉਂਦੇ ਨੇ ਉਹਨਾਂ ਦੇ ਲਈ ਸਪੈਸ਼ਲ ਗਾਈਡੈਂਸ ਦੀਆਂ ਕਲਾਸਾਂ ਹੁੰਦੀਆਂ ਨੇ ਸਪੈਸ਼ਲ ਦੇਖੋ ਨਾਰਮਲੀ ਕੀ ਹੁੰਦਾ ਕਈ ਵਾਰ ਤਾਂ ਆਪਾਂ ਮੰਨ ਲਓ ਨਾਰਮਲ ਹਰੇਕ ਬੱਚੇ ਦੀ ਕਰ ਦਿੱਤੀਆਂ ਕੋਈ ਚੱਕਣੀ ਮੰਨ ਲਓ ਟੀਚਰ ਨੇ ਕਿਹਾ ਤਾਂ ਫਿਰ ਸਰ ਆ ਜਾਓ ਆਪਾਂ ਗਾਈਡੈਂਸ ਦੀ ਕਲਾਸ ਲੈ ਲਈਏ ਆਪਾਂ ਲੈ ਲਈਦੀ ਬਟ ਜਿਹੜੇ ਬੱਚੇ Y565 ਵਾਲੇ ਹੁੰਦੇ ਨੇ ਉਹਨਾਂ ਦੀ ਅਲੱਗ ਤੋਂ ਸੈਪਰੇਟ ਕਲਾਸਾਂ ਲੱਗਦੀਆਂ ਨੇ ਉਹਨਾਂ ਦੀਆਂ ਅਲੱਗ ਤੋਂ ਸੈਪਰੇਟ ਕਲਾਸਾਂ ਵੀ ਲੱਗਦੀਆਂ ਨੇ ਸੋ ਇਹ ਨਵੇਂ ਸਾਲ ਚ ਇੱਕ ਰੈਜ਼ੋਲੂਸ਼ਨ ਲਿਆ ਗਿਆ ਕਿ ਉਹਨਾਂ ਦੀਆਂ ਅਲੱਗ ਤੋਂ ਸੈਪਰੇਟ ਕਲਾਸਾਂ ਵੀ ਲੱਗਣਗੀਆਂ ਗਾਈਡੈਂਸੀਆਂ ਜਿਹਦੇ ਵਿੱਚ ਸਿਰਫ ਉਹੀ ਬੱਚੇ ਹੋਣਗੇ ਜਿਹੜੇ Y565 ਵਾਲੇ ਹੋਣਗੇ ਠੀਕ ਹੈ ਜੀ ਸੋ ਤੁਸੀਂ ਜੇ ਅੱਜ ਐਡਮਿਸ਼ਨ ਨਹੀਂ ਲੀਤੇ ਲੈ ਸਕਦੇ ਹੋ ਐਡਮਿਸ਼ਨ ਲੈਣ ਦਾ ਪ੍ਰੋਸੈਸ ਕੀ ਆ ਬਹੁਤ ਹੀ ਈਜ਼ੀ ਪ੍ਰੋਸੈਸ ਆ ਇੱਕ ਵਾਰ ਮੈਂ ਦੱਸ ਵੀ ਦੇਣਾ ਜਿਵੇਂ ਆਪਣੇ ਕੋਲ ਕਲਾਸ ਚੱਲ ਰਹੀ ਹੈ ਦੇਖੋ ਤੁਸੀਂ ਆ ਕਲਾਸ ਚੱਲ ਰਹੀ ਹੈ ਸੋ ਇਸ ਕਲਾਸ ਦੇ ਉੱਤੇ ਇੱਕ ਨੀਲੀ ਜੀ ਪੱਟੀ ਲੱਗੀ ਹੋਈ ਆ ਬਾਕੀ ਜੇ ਤੁਸੀਂ ਰਿਕਾਰਡਡ ਦੇਖ ਰਹੇ ਹੋ ਤਾਂ ਤੁਸੀਂ ਇੱਕ ਵਾਰ ਹੀਟਾਂ ਦੇਖੋਗੇ ਅ ਲਿੰਕ ਦੇ ਉੱਤੇ ਕਲਿੱਕ ਕੀਤਾ ਸੋ ਅਸੀਂ ਜਿਵੇਂ ਹੀ ਲਿੰਕ ਦੇ ਉੱਤੇ ਕਲਿੱਕ ਕਰਾਂਗੇ ਸਾਡੇ ਕੋਲੇ ਇਸ ਤਰੀਕੇ ਦਾ ਪੇਜ ਖੁੱਲ ਕੇ ਆ ਜਾਊਗਾ ਸੋ ਇੱਥੇ ਅਸੀਂ ਦੇਖਿਆ ਕਿ 1998 ਰੁਪਏ ਲਿਖਿਆ ਬਾਇ ਨਾ ਉਤੇ ਗਏ ਐਂਟਰ ਕੂਪਨ ਕੋਡ ਤੇ ਗਏ ਤੇ ਕਿਹੜਾ ਲਾ ਦਿੱਤਾ ਸਰਵਾਈ 565 Y565 ਲੋ ਜੀ ਐਂਟਰ ਕਰ ਦਿੱਤਾ Y565 Y565 1817 ਰੁਪਏ ਸ਼ੋ ਕਰ ਰਿਹਾ ਡਬਲ ਵੈਲਿਡਿਟੀ 2 ਸਾਲ ਦੀ ਤੁਹਾਡੀ ਐਡਮਿਸ਼ਨ ਹੋ ਜਾਊਗੀ ਡਿਸਕਾਊਂਟ ਕੋਡ ਜ਼ਰੂਰ ਧਿਆਨ ਰੱਖਿਓ ਹਾਂ ਜਿਵੇਂ ਹੀ ਤੁਸੀਂ ਅੱਡਾ ਦੀ ਐਪ ਤੇ ਜਾਉਂਗੇ ਤਾਂ ਉੱਥੇ ਤੁਹਾਨੂੰ ਕੋਇਨਸ ਮਿਲਣਗੇ ਕਿਉਂ ਕਿ ਤੁਸੀਂ Y565 Y565 ਡਿਸਕਾਊਂਟ ਕੋਡ ਲਾਇਆ ਹੋਊਗਾ ਤੇ ਕੋਇਨਸ ਦੇ ਨਾਲ ਤੁਸੀਂ ਅਪਲਾਈ ਕਰੋਗੇ ਤੇ ਤੁਹਾਡਾ ਜਿਹੜਾ ਪ੍ਰਾਈਸ ਹੈ 1726 ਰੁਪਏ ਰਹਿ ਜਾਊਗਾ ਸੋ ਬਾਕੀ ਇਹਦਾ ਲਿੰਕ ਮੈਂ ਕਮੈਂਟ ਬਾਕਸ ਵਿੱਚ ਲਾ ਦਿੰਦਾ ਤੁਸੀਂ ਕਮੈਂਟ ਕਮੈਂਟ ਬਾਕਸ ਵਿੱਚ ਲਿੰਕ ਤੇ ਕਲਿੱਕ ਕਰਕੇ ਐਡਮਿਸ਼ਨ ਜ਼ਰੂਰ ਲੈ ਸਕਦੇ ਹੋ ਕੋਈ ਵੀ ਡਾਊਟ ਹੋਵੇ ਕਲਾਸ ਦੇ ਸਿਲਿ ਕਮੈਂਟ ਕਰਦੇ ਉਹਦਾ ਵੀ ਹੱਲ ਕਰ ਦਾਂਗੇ ਸੋ ਬਾਕੀ ਰੈਗੂਲਰ 4 ਵਜੇ ਵਾਲੀ ਕਲਾਸ ਜ਼ਰੂਰ ਜੁਆਇਨ ਕਰੋ ਕੱਲ ਸੇਮ ਟਾਈਮ ਸੇਮ ਜਗ੍ਹਾ ਮਿਲਦੇ ਜੀ ਆਪਾਂ ਇਸੇ ਚੈਨਲ ਦੇ ਉੱਤੇ ਸੁਝਾਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਸੋ ਲੋ ਜੀ ਕੱਲ ਮਿਲਦੇ ਆ ਤਦ ਤੱਕ ਦੇ ਲਈ ਜਉਂਦੇ ਬੱਸ ਦੇ ਰਹੋ ਰੱਬ ਖੈਰ ਕਰੇ ਜੀ ਸੱਚੀ ਕਾਲ ਬਾਕੀ ਟੈਲੀਗ੍ਰਾਮ ਦੇ ਚੈਨਲ ਨੂੰ ਜੁਆਇਨ ਕਰ ਲਓ ਕੋਈ ਵੀ ਕੁਇਰੀ ਹੋਵੇ ਚੈਨਲ 'ਚ ਪਾ ਦਿਓ ਉੱਥੇ ਪਾ ਦਿਓ ਉੱਥੇ ਗੱਲ ਕਰ ਲਾਂਗੇ ਤੇ ਐਡਮਿਸ਼ਨ ਨਹੀਂ ਲਈ ਅੱਜ ਰਾਤ ਨੂੰ 12 ਵਜੇ ਤੱਕ ਐਡਮਿਸ਼ਨ ਜ਼ਰੂਰ ਲੈ ਲਿਓ ਠੀਕ ਹੈ ਜੀ ਸੱਚੀ ਦਾ ਸਾਰਿਆਂ ਨੂੰ ਬਾਏ ਬਾਏ ਟਾਟਾ ਜੀ ਕੰਦੇ ਜੋ ਗਾਈਡੈਂਸ ਨਹੀਂ ਲੈ ਜੋ ਮਹਾਪੈਕ ਨਹੀਂ ਲੈ ਸਕਦਾ ਅ ਮੰਨ ਲਓ ਬੱਚੇ ਕਿਸੇ ਵੀ ਸਟੂਡੈਂਟ ਨੂੰ ਮਹਾਪੈਕ ਦੇ ਵਿੱਚ ਕੋਈ ਫਾਈਨੈਂਸ਼ੀਅਲੀ ਦਿੱਕਤ ਆਉਂਦੀ ਹੈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਮੈਂ ਤੁਹਾਨੂੰ ਉੱਥੇ ਵੀ ਗੱਲਬਾਤ ਤੁਹਾਡੇ ਨਾਲ ਕਰ ਲੂੰਗਾ ਕੋਈ ਈਸ਼ੂ ਨਹੀਂ ਹੈਗਾ ਪਰ ਹਾਂ ਉਹਦੇ ਲਈ ਮੇਰੀਆਂ ਕੁਝ ਬਾਉਂਡੇਸ਼ਨ ਹੋ ਜਾਂਦੀਆਂ ਨੇ ਬਟ ਜੇ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋ ਦੈਨ ਤੁਸੀਂ ਮਹਾਪੈਕ ਦੇ ਵਿੱਚ ਐਡਮਿਸ਼ਨ ਜ਼ਰੂਰ ਲੈ ਲਓ ਆਦਰਵਾਇਜ਼ ਟੈਨਸ਼ਨ ਨਾ ਲਓ ਤੁਹਾਡੇ ਸੁਪਨੇ ਜ਼ਰੂਰ ਸੱਚ ਹੋਣਗੇ ਤੁਹਾਡੇ ਨਾਲ ਖੜਾ ਜੀ ਤੁਹਾਡੇ ਫਤਿਹ ਸਰ ਠੀਕ ਹੈ ਜੀ ਓਕੇ ਸਰ ਸ਼ਸ਼ੀ ਗਾਲ ਜੀ ਸਾਰਿਆਂ ਨੂੰ